ਚੜ੍ਹਦੇ ਕਲਾ ਟਾਈਮ ਟੀ ਵੀ ਵੇਖ ਰਹੇ ਖਾਸ ਪ੍ਰੋਗਰਾਮ ਦੇਸ਼ ਪ੍ਰਦੇਸ਼ ਲਾਈਵ ਦੇ ਸਾਰੇ ਦਰਸ਼ਕਾਂ ਦਾ ਅੱਜ ਦੇ ਸ਼ੋਅ ਦੇ ਵਿੱਚ ਸਵਾਗਤ। ਮੈਂ ਰਣਵੀਰ ਸੰਧੂ, ਮੇਰੇ ਨਾਲ ਨੇ ਸਾਈ ਓਵਰਸੀਜ਼ ਤੋਂ ਬਲਜਿੰਦਰ ਸਹਿਗਲ ਜੀ। ਬਲਜਿੰਦਰ ਜੀ ਨੇ ਇੱਕ ਕਾਫੀ ਲੰਮਾ ਸਮਾਂ ਪਹਿਲਾਂ ਇੱਕ ਐਡਵਰਟੀਜ਼ਮੈਂਟ ਅਖਬਾਰ ਦੇ ਵਿੱਚ ਲਾਈ ਸੀ, ਜਿਹਦੇ ਵਿੱਚ ਬਹੁਤ ਸਾਰੇ ਵਿਦਿਆਰਥੀ ਵਰਗ ਨੂੰ ਟਾਰਗੇਟ ਕੀਤਾ ਸੀ, ਜਿਹੜੇ ਕਿ ਇਹਨਾਂ ਦੇ ਕੋਲੋਂ ਵੀਜ਼ੇ ਲਵਾ ਕੇ ਗਏ ਸੀਗੇ। ਕਾਫੀ ਗੈਪ ਸੀਗਾ, 2008-9-10 ਵਾਲੇ ਸੀਗੇ। ਸੋ ਇਹ ਇੱਕ ਬਹੁਤ ਵੱਡਾ ਸਵਾਲ ਖੜਾ ਹੋ ਜਾਂਦਾ ਕਈ ਵਾਰੀ ਕਿ ਜਿੱਥੇ 2010-11-12 ਵਾਲਿਆਂ ਦੇ ਵੀਜ਼ੇ ਰਿਜੈਕਟ ਹੋ ਰਹੇ ਨੇ, 9 ਵਾਲਾ ਕਿਵੇਂ ਲੈ ਜਾਂਦਾ? ਸੋ ਇਹ ਪੇਚੀਦਾ ਔਰ ਟੈਕਨੀਕਲ ਸਵਾਲ ਹੈ ਜਿਹਨੂੰ ਅਸੀਂ ਡਿਟੇਲ ਦੇ ਵਿੱਚ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ। ਔਰ ਅੱਜ ਦੀ ਡੇਟ ਦੇ ਵਿੱਚ ਕੌਣ ਵਿਦਿਆਰਥੀ ਹੈ ਜਿਹੜਾ ਅਪਲਾਈ ਕਰ ਸਕਦਾ, ਕਿ ਇਹਨਾਂ ਦੀ ਰਿਜੈਕਸ਼ਨਸ ਦਾ ਕਾਰਨ ਬਣ ਸਕਦਾ, ਕਿਹੜੇ ਵਿਦਿਆਰਥੀ ਅਪਲਾਈ ਕਰਨ ਤੋਂ ਬਾਅਦ ਆਸਟ੍ਰੇਲੀਆ ਪਹੁੰਚ ਸਕਦੇ ਨੇ, ਬਹੁਤ ਸਾਰੀ ਚਰਚਾ ਕਰਨ ਵਾਸਤੇ ਬਲਜਿੰਦਰ ਜੀ ਮੇਰੇ ਨਾਲ ਨੇ। ਬਹੁਤ ਬਹੁਤ ਸਵਾਗਤ ਹੈ ਤੁਹਾਡਾ ਜੀ। ਦੇਸ਼ ਪ੍ਰਦੇਸ਼ ਦੇਖ ਰਹੇ ਸਾਰੇ ਵਿਊਜ਼ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਬਲਜਿੰਦਰ ਜੀ, ਜਿਸ ਤਰ੍ਹਾਂ ਮੈਂ ਅਖਬਾਰ ਦੀ ਗੱਲ ਕੀਤੀ ਹੈ, ਕਿਸ ਤਰ੍ਹਾਂ ਪੋਸੀਬਲ ਹੋਇਆ ਇਹ, ਕਿਵੇਂ ਹੋਇਆ ਕਿ ਗੈਪ ਨੂੰ ਐਕਸੈਪਟੈਂਸ਼ਨਸ ਮਿਲੀ ਹੈ? ਦੇਖੋ ਰਣਬੀਰ ਜੀ, ਮੈਂ ਕਲੀਅਰ ਕਰਾਂਗਾ। ਬਕਾਇਦਾ ਮੈਂ ਜਿਹੜੀ ਐਡ ਲਗਾਈ ਸੀ ਪ੍ਰੋਪਰ, ਸਾਰਿਆਂ ਦੇ ਸਨੈਪਸ ਵਗੈਰਾ ਸਭ ਕੁਝ ਮੇਰੇ ਕੋਲ ਆ ਕੇ ਕ੍ਰੋਸ ਚੈੱਕ ਕਰ ਸਕਦੇ ਹੋ। ਬਕਾਇਦਾ ਮੈਂ ਬੱਚਿਆਂ ਦੇ ਫੋਨ ਨੰਬਰ ਵਗੈਰਾ, ਉਹਨਾਂ ਦੇ ਐਡਰੈਸ, ਉਹਨਾਂ ਦੇ ਪੇਰੈਂਟਸ ਦੇ ਨੰਬਰ ਸਭ ਕੁਝ ਬੱਚਿਆਂ ਨੂੰ ਪ੍ਰੋਵਾਈਡ ਕਰਾਂਗਾ, ਕਿਉਂਕਿ ਮਾਰਕੀਟ 'ਚ ਬਹੁਤ ਹਿਊਮਰਸ ਹੈ ਕਿ ਗੈਪ ਵਾਲਿਆਂ ਦੇ ਵੀਜ਼ੇ ਨਹੀਂ ਆ ਰਹੇ। 2011-12 ਵਾਲੇ ਬੱਚੇ ਨੂੰ ਉਹਦੀ COA ਨਹੀਂ ਆ ਰਹੀ, ਆਫਰ ਲੈਟਰ ਨਹੀਂ ਆ ਰਹੀ, ਐਸਾ ਕੁਛ ਨਹੀਂ ਹੈ। ਤੁਸੀਂ ਆ ਕੇ ਸਾਡੇ ਕੋਲ ਕ੍ਰੋਸ ਚੈੱਕ ਕਰ ਸਕਦੇ ਹੋ। ਬਕਾਇਦਾ ਮੈਂ ਬੱਚੇ ਨੂੰ ਇਹ ਵਿਸ਼ਵਾਸ ਦਿਲਾ ਰਿਹਾ ਕਿ ਜਿਹੜੇ ਵੀ ਬੱਚੇ ਕੋਲ ਅਸੀਂ ਪ੍ਰੋਸੈਸਿੰਗ ਫੀਸ ਚਾਰਜ ਕਰ ਰਹੇ ਹਾਂ, ਅਗਰ ਬੱਚੇ ਦੇ ਮਾਈਂਡ 'ਚ ਕਿਤੇ ਉਹਦੇ ਪੁਆਇੰਟ ਆਫ ਵਿਊ ਤੋਂ ਗੱਲ ਕਰ ਰਿਹਾ ਮੈਂ ਬੱਚੇ ਦੇ, ਕਿ ਉਹਦੇ ਮਾਈਂਡ 'ਚ ਇਹ ਨਾ ਹੋਵੇ ਕਿ ਸ਼ਾਇਦ ਮੇਰੀ ਇਹਨਾਂ ਨੇ ਪ੍ਰੋਸੈਸਿੰਗ ਫੀਸ ਲੈ ਕੇ ਅੱਗੋਂ ਮੈਨੂੰ ਕਹਿ ਦੇਣ ਕਿ ਤੁਹਾਡੀ ਆਫਰ ਲੈਟਰ ਇਸ਼ੂ ਨਹੀਂ ਹੋਈ। ਉਹ ਸਾਰੇ ਬੱਚੇ ਨੂੰ 100% ਮੈਂ ਖੁਦ ਰਿਟਰਨ ਵਿੱਚ ਲਿਖ ਕੇ ਦਾਂਗਾ ਕਿ ਤੁਹਾਡੀ 100% ਪ੍ਰੋਸੈਸਿੰਗ ਫੀਸ ਤੁਹਾਡੀ ਰਿਫੰਡੇਬਲ ਹੋਏਗਾ, ਇਨ ਦਾ ਕੇਸ ਅਗਰ ਤੁਹਾਡੀ ਆਫਰ ਲੈਟਰ ਇਸ਼ੂ ਨਹੀਂ ਹੁੰਦੀ। ਅੱਛਾ, ਜਿਹੜਾ ਤੁਸੀਂ ਪ੍ਰੋਸੈਸਿੂ ਚਾਰਜਸ ਲੈ ਰਹੇ ਹੋ, ਜੇ ਆਫਰ ਲੈਟਰ ਨਹੀਂ ਆਉਂਦੀ ਤਾਂ ਪੈਸੇ ਵਾਪਸ ਨਹੀਂ ਬਚੇ? ਡੈਫੀਨੇਟਲੀ 100%। ਹੁਣ ਸਵਾਲ ਇਹ ਆ ਜਾਂਦਾ ਕਿ ਜਦੋਂ ਆਫਰ ਲੈਟਰ ਆ ਜਾਂਦੀ, ਕਿਸ ਤਰ੍ਹਾਂ ਦੇ ਬੱਚਿਆਂ ਦੀ ਆਫਰ ਆ ਰਹੀ ਹੈ ਇਸ ਵਕਤ, ਮਾਹੌਲ ਕੀ ਚੱਲ ਰਿਹਾ? ਦੇਖੋ ਅਗਰ ਮੈਂ ਗੈਪ ਵਾਲਿਆਂ ਦੀ ਗੱਲ ਕਰਾਂ ਰਣਵੀਰ ਜੀ, ਜਿਹੜੇ ਬੱਚਿਆਂ ਦਾ ਗੈਪ ਹੈ ਉਹ ਗੈਪ ਵਿੱਚ ਤੁਸੀਂ ਕੀ ਕੀਤਾ ਹੈ, ਕੋਈ ਫੇਕ ਡਾਕੂਮੈਂਟ ਲਗਾਉਣ ਦੀ ਲੋੜ ਨਹੀਂ। ਬਹੁਤ ਮਾਰਕੀਟ 'ਚ ਏਜੰਟ ਵੀ ਔਰ ਬੱਚੇ ਵੀ ਇਸ ਤਰ੍ਹਾਂ ਕਰ ਰਹੇ ਕਿ ਆਪਣੀ ਫੇਕ ਗ੍ਰੈਜੂਏਸ਼ਨ ਬਣਾ ਕੇ ਲੈ ਕੇ ਆ ਰਹੇ ਹੈ ਕਿ ਸਰ ਇਸ ਦੀ ਮੈਂ ਗ੍ਰੈਜੂਏਸ਼ਨ ਕੀਤੀ ਸੀ, ਲੇਕਿਨ ਉਹ ਸਾਨੂੰ ਪਤਾ ਚੱਲ ਜਾਂਦਾ ਹੈ। ਅੰਬੈਸੀ ਨੂੰ ਵੀ ਪਤਾ ਚੱਲ ਰਿਹਾ ਕਿ ਅਗਰ ਤੁਸੀਂ ਪੰਜਾਬ ਵਿੱਚੋਂ ਤੁਹਾਡੀ ਜਿਹੜੀ ਕਿ ਗ੍ਰੈਜੂਏਸ਼ਨ ਹੈ ਉਹ ਤੁਹਾਡੀ ਦਿੱਲੀ ਤੋਂ ਹੈ ਜਾਂ ਰਾਜਸਥਾਨ ਤੋਂ ਹੈ, ਤਾਂ ਤੁਸੀਂ ਇਹ ਕਿੱਦਾਂ ਪੋਸੀਬਲ ਹੈ ਕਿ 10+2 ਤੁਸੀਂ ਰਹਿ ਇੱਥੇ ਰਹੇ ਹੋ, ਪਾਸਪੋਰਟ ਵੀ ਤੁਹਾਡਾ ਇੱਥੋਂ ਦਾ ਐਡਰੈਸ ਹੈ, 10+2 ਵੀ ਤੁਹਾਡੀ ਪੰਜਾਬ ਦੀ ਹੈ ਔਰ ਗ੍ਰੈਜੂਏਸ਼ਨ ਤੁਹਾਡੀ ਕਿਸੇ ਹੋਰ ਸਟੇਟ ਦੀ ਹੈ, ਬਿਲਕੁਲ, ਤੇ ਉਹਦੇ ਵਿੱਚ ਤੁਹਾਨੂੰ ਅੰਬੈਸੀ ਔਰ ਵੀਜ਼ਾ ਆਫੀਸਰ ਇਸ ਚੀਜ਼ ਨੂੰ ਕਲੀਅਰ ਕਰਨ ਵਾਸਤੇ ਤੁਹਾਨੂੰ ਕਾਲ ਕਰਦਾ ਔਰ ਤੁਹਾਡਾ ਵੀਜ਼ਾ ਰਿਫਿਊਜ਼ ਹੁੰਦਾ ਹੈ। ਜੈਨੂਅਨ ਰੀਜ਼ਨ ਦੱਸੋ, ਆਪਣੀ ਕੰਫਰਮੇਸ਼ਨ ਆਫ ਐਨਰੋਲਮੈਂਟ ਵਿੱਚ ਜਿਹੜੀ ਉਸ ਤੋਂ ਪਹਿਲੇ SOP ਲਗਾਉਣੀ ਹੈ, ਸਟੇਟਮੈਂਟ ਆਫ ਪਰਪਸ ਤੁਸੀਂ ਜਸਟੀਫਾਈ ਕਰੋ, ਆਪਣੇ ਸਰਕਮ ਚਾਂਸਿਸ ਜੋ ਵੀ ਹੈ ਐਕਸਪਲੇਨ ਕਰੋ, ਤੇ 100% ਵੀ ਵਿਲ ਅਚੀਵ ਦਾ ਵੀਜ਼ਾ। ਅਗਰ ਤੁਸੀਂ ਸੋਚ ਰਹੇ ਹੋ ਕਿ ਮੈਂ ਕੋਈ ਫੇਕ ਡਾਕੂਮੈਂਟ ਲਗਾ ਕੇ ਵੀਜ਼ਾ ਆਫੀਸਰ ਨੂੰ ਗੁੰਮਰਾਹ ਕਰ ਲਾਂਗਾ, ਤੇ ਕਦੀ ਨਹੀਂ ਹੋਏਗਾ, ਕਿਉਂਕਿ ਉਹ ਡੇਲੀ ਦੀਆਂ ਕਿੰਨੀਆਂ ਫਾਈਲਸ ਆਪਣੇ ਹੱਥੋਂ ਨਿਕਾਲ ਰਹੇ ਹਨ, ਉਹਨਾਂ ਨੂੰ ਫਾਈਲ ਪਕੜ ਕੇ ਪਤਾ ਲੱਗ ਜਾਂਦਾ ਹੈ ਕਿ ਇਹ ਬੱਚੇ ਦੇ ਕੀ ਜੈਨੂਇਨ ਡਾਕੂਮੈਂਟਸ ਹੈ ਔਰ ਕੀ ਇਹਨੇ ਮੈਨੂਪਲੇਟ ਕੀਤਾ। ਬਲਿੰਦਰ ਜੀ, ਫਿਰ ਵੀ ਇੱਕ ਪੈਰਾਮੀਟਰ ਤਾਂ ਕੋਈ ਹੋਊਗਾ ਕਿ ਕਿੰਨੇ ਕੁ ਗੈਪ ਵਾਲਾ ਅਪਲਾਈ ਕਰ ਸਕਦਾ ਘੱਟੋ ਘੱਟ? ਦੇਖੋ ਮੈਂ ਰਣਵੀਰ ਜੀ, ਮੈਂ ਕਲੀਅਰ ਕਰਾਂਗਾ, 2009 ਦੇ, 10 ਦੇ, 11 ਦੇ, 10 ਦੀ ਮੈਂ ਗੱਲ ਕਰਾਂ, ਲਵਪ੍ਰੀਤ ਦਾ ਵੀਜ਼ਾ, ਬਹੁਤ ਵੀਜ਼ੇ, ਇੱਕ ਬੱਚੇ ਦਾ ਨਾਮ ਨਹੀਂ ਲੈ ਰਿਹਾ, ਲਵਪ੍ਰੀਤ ਦਾ ਵੀਜ਼ਾ ਅਪਰੂਵ ਕਰਵਾਇਆ ਲੁਧਿਆਣੇ ਤੋਂ, ਜਤਿੰਦਰ ਗਿੱਲ ਸੀ ਉਹਦਾ ਵੀਜ਼ਾ ਅਪਰੂਵ ਕਰਵਾਇਆ ਔਰ ਹਰ ਇੱਕ ਬੱਚੇ ਦੇ ਵੀਜ਼ੇ ਆ ਰਹੇ ਹੈ। ਸਿਰਫ ਗੱਲ ਇਹ ਹੈ ਕਿ ਅਗਰ ਮੈਂ ਤੁਹਾਨੂੰ ਹੁਣ ਇਹ ਕਲੀਅਰ ਕਰ ਦਵਾਂ ਕਿ ਕਾਫੀ ਜ਼ਿਆਦਾ ਕੰਸਲੈਂਟ ਨਹੀਂ ਪ੍ਰਮੋਟ ਕਰ ਰਹੇ, ਲੇਕਿਨ ਉਹਦਾ ਰੀਜ਼ਨ ਹੈ ਕਿ ਉਹਨਾਂ ਕੋਲ ਉਹ ਯੂਨੀਵਰਸਿਟੀਜ਼ ਨਹੀਂ ਹੈ। ਹਰ ਇੱਕ ਯੂਨੀਵਰਸਿਟੀਜ਼ ਦਾ ਆਪਣਾ ਆਪਣਾ ਕ੍ਰਾਈਟੀਰੀਆ ਬੱਚੇ ਨੂੰ ਐਂਟਰਟੇਨ ਕਰਨ ਦਾ ਔਰ ਆਪਣੀ ਫਾਈਲ ਪ੍ਰੋਸੈਸ ਅਸੈਸ ਕਰਨ ਦਾ। ਹੁਣ ਕੋਈ ਯੂਨੀਵਰਸਿਟੀ ਕਹਿ ਰਹੀ ਹੈ ਕਿ ਸਟੱਡੀ ਦੀ ਕੋਈ ਏਜ ਨਹੀਂ ਹੈ, ਕੋਈ ਯੂਨੀਵਰਸਿਟੀ ਕਹਿ ਰਹੀ ਹੈ ਕਿ ਨਹੀਂ 2013-14 ਅਕੈਡਮਿਕ ਕੁਆਲੀਫਿਕੇਸ਼ਨ ਦੇ ਮੈਨੂੰ ਬੱਚੇ, ਯਾਨੀ ਕਿ ਜੀਟੀ ਕ੍ਰਾਈਟੀਰੀਆ ਹਰ ਇੱਕ ਅਲੱਗ ਅਲੱਗ ਹੈ। ਮੈਂ ਕਲੀਅਰ ਕਰ ਦਿੰਦਾ ਰਣਬੀਰ ਜੀ ਕਿ ਜੀਟੀ ਨੂੰ ਅਸੈਸ ਕਰਨ ਦੀ ਜਿਹੜੀ ਕਿ ਪਾਵਰ ਰਿਸਪੋਂਸੀਬਿਲਟੀਜ਼ ਉਹਨਾਂ ਨੇ ਯੂਨੀਵਰਸਿਟੀਜ਼ ਨੂੰ ਹੈਂਡ ਓਵਰ ਕੀਤੀ ਹੈ ਕਿ ਤੁਹਾਡੇ ਨਜ਼ਰੀਏ ਨਾਲ ਤੁਸੀਂ ਇਹ ਕਲੀਅਰ ਕਰਨਾ
ਕਿ ਇਹ ਬੱਚਾ ਜੀ ਟੀ ਜੈਨੂਇਨ ਟੈਂਪਰੇਰੀ ਐਂਟਰੈਂਸ ਮੀਟ ਕਰ ਰਿਹਾ ਕਿ ਨਹੀਂ ਕਰ ਰਿਹਾ। ਹੁਣ ਤੁਹਾਡੀ ਥਿੰਕਿੰਗ ਆਪਣੀ ਹੈ, ਤੁਹਾਡੇ ਨਜ਼ਰੀਏ ਚ ਇਹ ਕਿ 13 14 12 ਵਾਲਾ ਬੱਚਾ ਜਿਹੜਾ ਉਹ ਜੈਨੂਇਨ ਹੈ। ਹੁਣ ਇੱਕ ਯੂਨੀਵਰਸਿਟੀ ਕਹਿ ਰਹੀ ਹੈ ਕਿ 9 10 11 ਬੱਚਾ ਵੀ ਜੈਨੂਇਨ ਹੈ, ਉਹ ਆਪਣੇ ਸਰਕਮ ਚਾਂਸਿਸ ਮੈਨੂੰ ਦੱਸੇ, ਆਪਣੀ ਸਟੇਟਮੈਂਟ ਉਹ ਪਰਪਸ ਵਿੱਚ ਲਿਖ ਕੇ ਮੈਨੂੰ ਦਵੇ ਕਿ ਉਹ ਕਿਉਂ ਨੇ ਸਟੱਡੀ ਛੋੜੀ ਔਰ ਸਟੱਡੀ ਦੇ ਵਿੱਚ ਉਹਨੇ ਉਸ ਤੋਂ ਬਾਅਦ ਕੀ ਕੀਤਾ, ਤੇ ਮੈਂ ਉਹਨੂੰ ਆਫ ਲੈਟਰ ਇਸ਼ੂ ਕਰਾਂਗਾ। ਉਸ ਤੋਂ ਬਾਅਦ ਜਦੋਂ ਆਡਿਟ ਹੋਣੀ ਹੈ, ਆਡਿਟ ਦੇ ਵਿੱਚ ਯੂਨੀਵਰਸਿਟੀਜ਼ ਨੂੰ ਪੁੱਛਿਆ ਜਾਣਾ ਹੈ ਕਿ ਤੁਸੀਂ ਇਹ ਬੱਚੇ ਨੂੰ ਆਫ ਲੈਟਰ ਜਾਂ ਸੀਓਏ ਕਿਉਂ ਇਸ਼ੂ ਕੀਤੀ। ਉਹ ਕਹਿ ਰਹੇ ਕਿ ਜਿਹੜੇ ਕਿ ਮੈਂ ਸੈਮੀਨਾਰ ਵੀ ਕਰਾਇਆ, ਮੈਂ ਪਹਿਲੇ ਜਿਹੜੇ ਸ਼ੋਅ ਹੀ ਦੱਸਿਆ ਸੀ ਕਿ ਉਹਨਾਂ ਦਾ ਸੈਮੀਨਾਰ ਕਰਾਇਆ ਸੀ, ਉਹਦੇ 'ਚ ਉਹਨਾਂ ਨੇ ਐਕਸਪਲੇਨ ਕੀਤਾ, ਜਿਹੜੇ ਰਿਪ੍ਰੈਜੈਂਟੇਟਿਵ ਆਏ ਸੀ ਗੋਰੇ ਆਏ ਸੀ, ਉਹਨਾਂ ਨੇ ਦੱਸਿਆ ਕਿ ਸਾਡੇ ਨਜ਼ਰੀਏ ਨਾਲ ਪੁਆਇੰਟ ਆਫ ਵਿਊ ਨਾਲ ਸਟੱਡੀ ਦੀ ਕੋਈ ਏਜ ਨਹੀਂ ਹੈ, ਤੁਸੀਂ ਸਾਡੇ ਕੋਲ ਆਓ, ਅਸੀਂ 100% ਤੁਹਾਨੂੰ ਸੀਓਈ ਰਿਲੀਜ਼ ਕਰਾਂਗੇ। ਔਰ ਸਾਰੇ ਹੀ ਬੱਚਿਆਂ ਦੇ ਵੀਜ਼ੇ ਆਏ ਆ। ਈਵਨ ਮੈਂ ਚੈਲੰਜ ਕਰ ਰਿਹਾ ਕਿ ਕੋਈ ਵੀ ਬੱਚਾ, ਅੱਜ ਨਵੰਬਰ ਮੰਥ ਚੱਲ ਰਿਹਾ, 2014 ਈਅਰ ਹੈ, ਮੈਨੂੰ ਸਿੰਗਲ ਰਿਫਿਊਜ਼ਲ ਲੈਟਰ ਆਸਟ੍ਰੇਲੀਆ ਦੀ ਸਾਈਂ ਓਵਰਸੀਜ਼ ਦਿਖਾ ਦੇਵੇ ਤੇ ਮੇਰੇ ਤੋਂ 5 ਲੱਖ ਰੁਪਏ ਕੈਸ਼। ਮੇਰਾ ਵੀ ਇਹੀ ਸਵਾਲ ਸੀਗਾ ਅਗਲਾ, ਕੌੜਾ ਤਜਰਬਾ ਵੀ ਕੋਈ ਰਿਹਾ ਹੋਣਾ, ਕੋਈ ਰਿਫਿਊਜ਼ਲਸ ਵੀ ਆਈ ਹੋਣੀ, ਕੋਈ ਆਫਰ ਸੀ, ਉਹ ਕੋਈ ਵੀਜ਼ਾ ਰਿਜੈਕਟ ਹੋ ਗਿਆ। ਦੇਖੋ ਮੈਂ ਵੀਜ਼ਾ ਰਿਜੈਕਟ ਤਾਂ ਰਣਬੀਰ ਜੀ ਸਿੱਧਾ ਚੈਲੰਜ ਕਰ ਰਿਹਾ ਕਿ ਕੋਈ ਵੀ ਸ਼ੋਅ ਕਰ ਦਿਓ ਤੇ 5 ਲੱਖ ਕੈਸ਼ ਲੈ ਜਾਓ। ਅੱਛਾ, ਰਿਜੈਕਟ ਹੀ ਨਹੀਂ ਹੋਇਆ? ਕੋਈ ਰਿਜੈਕਟ, ਕੋਈ ਰਿਫਿਊਜ਼ਲ ਨਹੀਂ ਹੈ। ਇਹ ਕਿਵੇਂ ਹੈ, ਇੱਕ ਐਸਓਪੀ ਬਣਾਉਣ ਦਾ ਤਰੀਕਾ ਹੈਗਾ? ਦੇਖੋ ਇਹ ਹਰ ਇੱਕ, ਮੈਂ ਕਹਾਂਗਾ ਕੰਸਰਟੈਂਟ ਕਿੰਨਾ ਪੁਰਾਣਾ, ਅਗਰ ਮੇਰੇ ਪੁਰਾਣੇ ਲੋਕੀ ਐਡ ਨਿਕਾਲ ਕੇ ਦੇਖਣ ਤਾਂ ਮੈਂ 2008-07 ਦੇ ਵਿੱਚ ਵੀ ਸਾਡੀ ਨਿਊਜ਼ਪੇਪਰ ਵਿੱਚ ਐਡ ਆਉਂਦੀ ਸੀ। ਸਾਡਾ ਐਕਸਪੀਰੀਅੰਸ ਬਹੁਤ ਜ਼ਿਆਦਾ ਪੁਰਾਣਾ ਔਰ ਪੁਰਾਣੇ ਟਾਈਅਪ ਹੈ। ਮੇਰੇ ਕੋਲ ਐਸੇ ਯੂਨੀਵਰਸਿਟੀਜ਼ ਹੈ ਜਿਹੜੀ ਕਿ ਉਸ ਬੱਚਿਆਂ ਨੂੰ ਐਂਟਰਟੇਨ ਕਰ ਰਹੀ ਹੈ। ਤੁਸੀਂ ਪ੍ਰੋਗਰਾਮ ਜਿਹੜਾ ਵੀ ਬੱਚਾ ਦੇਖ ਰਿਹਾ ਮੇਰੇ ਕੋਲ ਆਵੇ, ਮੈਂ ਬੱਚੇ ਦੀ ਆਫਰ ਲੈਟਰ ਲੈ ਕੇ ਦਾਂਗਾ, ਉਹ ਵੀਜ਼ਾ ਲੈ ਕੇ ਦਾਵਾਂਗਾ। ਨੈਕਸਟ ਜਦੋਂ ਮੈਂ ਆਵਾਂਗਾ ਉਹਨਾਂ ਦੇ ਬੱਚਿਆਂ ਦੇ ਕਲਿੱਪ ਵੀ ਮੈਂ ਨਾਲ ਲੈ ਕੇ ਆਵਾਂਗਾ, ਜਿਹਨਾਂ ਦੇ ਬੈਕ ਗੈਪ ਵਾਲਿਆਂ ਦੇ ਮੈਂ ਵੀਜ਼ੇ ਅਪਰੂਵ ਕਰਾਂਗਾ। ਮਰਜ਼ੀ ਨਾਲ ਸ਼ੇਅਰ ਮਿਲ ਸਕਦੇ ਆ ਤੁਹਾਡੇ ਕੋਲ ਆ ਕੇ ਵਿਦਿਆਰਥੀ ਨੂੰ? ਮਰਜ਼ੀ ਨਾਲ ਕਾਲਜ ਇੰਜੀਨੀਅਰਿੰਗ ਮਿਲ ਸਕਦੀ? ਦੇਖੋ ਰਣਬੀਰ ਜੀ, ਇਹ ਪਹਿਲੇ ਕਲੀਅਰ ਕਰਦਾ, ਬੱਚੇ ਨੂੰ ਮੈਂ ਉਹਨਾਂ ਨੂੰ ਮੈਲਬੋਰਨ, ਗੋਲਡ ਕੋਸਟ ਤੇ ਸਿਡਨੀ, ਤਿੰਨ ਉਹਨਾਂ ਨੂੰ ਜਿਹੜੇ ਕਿ ਮੈਂ ਕਹਾਂਗਾ ਸਿਟੀਜ਼ ਮਿਲਣਗੇ, ਤਿੰਨੋਂ ਸਿਟੀਜ਼ ਅਪਲਾਈ ਕਰਨਾ ਪਏਗਾ। ਲੇਕਿਨ ਜਿਹੜੇ ਬੱਚੇ 2012-13-14 ਹੈ ਉਹ ਜਿੱਥੇ ਬੱਚਾ ਕਹੇਗਾ ਮੈਂ ਉੱਥੇ ਉਹਦਾ ਵੀਜ਼ਾ ਅਪਲਾਈ ਕਰਕੇ ਦਿਆਂਗਾ। ਜਿਨ੍ਹਾਂ ਦਾ ਗੈਪ ਹੈ ਉੱਥੇ ਮੈਲਬੋਰਨ, ਸਿਡਨੀ ਔਰ ਗੋਲਡ ਕੋਸਟ, ਔਰ ਜਿਹੜੀਆਂ ਇੰਸਟੀਟਿਊਸ਼ਨਸ ਨੇ ਉੱਥੇ ਵੀ ਕੰਪਰੋਮਾਈਜ਼ ਕਰਨਾ ਪੈ ਸਕਦਾ, ਜਿੱਥੇ ਤੁਹਾਡੇ ਟਾਈਅਪਸ ਨੇ ਜਿਹੜੀਆਂ ਇੰਸਟੀਟਿਊਸ਼ਨਸ ਗੈਪ ਨੂੰ ਜ਼ਿਆਦਾ ਲੈ ਰਹੀਆਂ ਨੇ ਉੱਥੇ ਜਾਣਾ ਪਏਗਾ। ਜੀ, ਇਹਦੇ 'ਚ ਤਾਂ ਕੋਈ ਦੋ ਰਾਏ ਨਹੀਂ ਹੈ। ਜਿਨ੍ਹਾਂ ਨਾਲ ਸਾਡੇ ਟਾਈਅਪ ਨੇ ਉਹ, ਜਿਹਨਾਂ ਦਾ ਇਹ ਨਜ਼ਰੀਆ ਇਹ ਹੈ ਕਿ ਸਟੱਡੀ ਦੀ ਕੋਈ ਏਜ ਨਹੀਂ ਹੈ, ਜਿਹੜੀ ਕਿ ਇਹ ਥਿੰਕਿੰਗ ਨੂੰ ਅਸੈਪਟ ਕਰਦੇ ਆ, ਥਿੰਕਿੰਗ ਦੇ ਅਕੋਰਡਿੰਗ ਚੱਲ ਰਿਹਾ, ਉਹੀ ਯੂਨੀਵਰਸਿਟੀ ਦੇ ਤੁਹਾਡੀ ਫਾਈਲ ਅਸੈਸ ਹੋਏਗੀ। ਜੀ, ਤੁਸੀਂ ਦੇਖ ਰਹੇ ਹੋ ਦੇਸ਼ ਪ੍ਰਦੇਸ਼ ਲਾਈਵ, ਅਸੀਂ ਗੱਲ ਕਰ ਰਹੇ ਹਾਂ ਆਸਟ੍ਰੇਲੀਆ ਬਾਰੇ, ਜੋ ਕਿ ਇੱਕ ਐਡਵਰਟੀਜ਼ਮੈਂਟ ਅਖਬਾਰ 'ਚ ਪੀ ਸੀ ਬਲਜਿੰਦਰ ਜਿਨ੍ਹਾਂ ਨੂੰ ਫਿਰ ਅਸੀਂ ਸੱਦਾ ਦਿੱਤਾ ਕਿ ਕਿਵੇਂ ਇੱਕ 2008-9-10 ਵਾਲਿਆਂ ਦਾ ਵੀਜ਼ਾ ਜਿਹੜਾ ਹੈ ਪੋਸੀਬਲ ਹੋਇਆ, ਕਿਉਂਕਿ ਰਿਊਮਰ ਜਿਹੜਾ ਹੈ ਪੰਜਾਬ ਦੇ ਵਿੱਚ ਇਸ ਵਕਤ ਇਹ ਫੈਲਿਆ ਹੋਇਆ ਕਿ ਆਸਟ੍ਰੇਲੀਆ ਬੰਦ ਹੋ ਗਿਆ, ਪਰ ਸਾਡੇ ਕੋਲ ਬੈਠਣ ਵਾਲੇ 3 ਤੋਂ 4 ਕੰਸਲਟੈਂਟਸ ਭਰਾ ਅੱਜ ਵੀ ਇਸ ਚੀਜ਼ ਨੂੰ ਬਹੁਤ ਚੰਗੇ ਢੰਗ ਨਾਲ ਪ੍ਰਮੋਟ ਕਰ ਰਹੇ ਨੇ, ਵੀਜ਼ਾਜ਼ ਲੈ ਕੇ ਆਉਂਦੇ ਨੇ, ਸਾਨੂੰ ਕਾਪੀਆਂ ਦਿਖਾਉਂਦੇ ਨੇ। ਫਿਰ ਕੀ ਫਰਕ ਹੈ ਇੱਕ ਇਹ ਕਹਿਣ 'ਚ ਕਿ ਆਸਟ੍ਰੇਲੀਆ ਬੰਦ ਹੋ ਗਿਆ, ਸਟ੍ਰਿਕਟ ਹੋ ਗਿਆ, ਆਸਟ੍ਰੇਲੀਆ ਨੇ ਵੀਜ਼ੇ ਦੇਣੇ ਬੰਦ ਕਰਤੇ ਇੱਕ ਪਾਸੇ, ਅੱਜ ਵੀ ਬਹੁਤ ਗੈਪ ਵਾਲੇ ਵਿਦਿਆਰਥੀ, ਗੈਪ ਤੋਂ ਭਾਵ ਜਿਹਨਾਂ ਨੂੰ ਐਕਸਪਲੇਨੇਬਲ ਜਿਹੜੇ ਗੈਪ ਨੇ ਉਹਨਾਂ ਦੇ ਵੀਜ਼ੇ ਆ ਰਹੇ ਨੇ। ਸੋ ਸਾਡਾ ਫਰਜ਼ ਫਿਰ ਉੱਥੇ ਬਣਦਾ ਕਿ ਜਿਹੜੇ ਵਿਦਿਆਰਥੀ ਗੁੰਮਰਾਹ ਹੋ ਰਹੇ ਨੇ, ਜਿਹੜੇ ਚਿੰਤਤ ਨੇ, ਜਿਹੜੇ ਵਿਦੇਸ਼ ਜਾਣ ਤੋਂ ਇਸ ਗੱਲੋਂ ਡਰਦੇ ਨੇ ਕਿ ਬੰਦ ਹੋ ਗਿਆ, ਵੀਜ਼ਾ ਲੱਗੂਗਾ, ਨਹੀਂ ਲੱਗੂਗਾ, ਪ੍ਰੋਸੈਸ ਜਿਵੇਂ ਬਲਜਿੰਦਰ ਜੀ ਨੇ ਗੱਲ ਕੀਤੀ ਕਿ ਪ੍ਰੋਸੈਸਿੰਗ ਦਾ ਝਾਂਸਾ ਦੇ ਕੇ ਤਾਂ ਨਹੀਂ ਕਿਤੇ ਫਾਈਲਾਂ ਇਕੱਠੀਆਂ ਜਾ ਰਹੀਆਂ ਕੀਤੀਆਂ ਜਾ ਰਹੀਆਂ। ਸੋ ਟੈਕਨੀਕਲ ਗੱਲਾਂ ਨੂੰ ਤੁਹਾਡੇ ਨਾਲ ਸਾਂਝਾ ਕਰਨ ਦੀ ਅਸੀਂ ਜਿਹੜੀ ਹੈਗੀ ਕੋਸ਼ਿਸ਼ ਕਰਦੇ ਹਾਂ, ਜਿੰਨੀ ਵੀ ਅਸੀਂ ਗੱਲਬਾਤ ਤੁਹਾਡੇ ਨਾਲ ਸਾਂਝੀ ਕੀਤੀ ਹੈਗੀ ਹੈ। ਜੇ ਤੁਸੀਂ ਦੋ ਸ਼ੋਅ ਦੁਆਰਾ ਦੇਖਣਾ ਚਾਹੁੰਦੇ, 3:30 ਵਜੇ ਹੀ ਸ਼ੋਅ ਲੈ ਕੇ ਕੱਲ੍ਹ ਨੂੰ ਫਿਰ ਹਾਜ਼ਰ ਹੋਵਾਂਗੇ। ਬਲਜਿੰਦਰ ਜੀ, ਜਿਵੇਂ ਤੁਸੀਂ ਗੱਲ ਕੀਤੀ ਸੀ ਕਿ ਬਹੁਤ ਸਾਰੀਆਂ ਯੂਨੀਵਰਸਿਟੀਜ਼ ਨੇ ਆਪਣਾ ਆਪਣਾ GTE ਕ੍ਰਾਈਟੇਰੀਆ, ਕਿਹੜੇ ਕਿਹੜੇ ਪੁਆਇੰਟਸ ਦੇ ਉੱਪਰ ਇਸ ਵਕਤ ਜਿਹੜੀਆਂ ਇੱਕ ਤਾਂ ਗੈਪ ਮਸਲਾ ਹੋ ਗਿਆ, ਹੋਰ ਕੀ ਮਸਲਾ ਹੈਗਾ ਜਿੱਥੇ ਵਿਦਿਆਰਥੀ ਦੀ ਆਫਰਜ਼ ਨਹੀਂ ਆ ਰਹੀ? ਤੁਹਾਡੇ ਕੋਲ ਵੀ ਆਉਂਦੇ ਹੋਣੇ ਘੁੰਮ ਕੇ, ਬਹੁਤ ਸਾਰੇ ਵਿਦਿਆਰਥੀ ਨੂੰ 3-3 ਮਹੀਨੇ ਹੋ ਗਏ, 4-4 ਹੋ ਗਏ, ਗੈਪ ਤੋਂ ਇਲਾਵਾ ਹੋਰ ਕਿਹੜੀਆਂ ਟੈਕਨੀਕਲ ਪ੍ਰੋਬਲਮਸ ਨੇ ਜਿਨ੍ਹਾਂ ਕਰਕੇ ਆਫਰ ਨਹੀਂ ਆ ਰਹੀ, ਸੀਓ ਨਹੀਂ ਆ ਰਹੀ, ਵੀਜ਼ਾ ਨਹੀਂ ਆ ਰਿਹਾ? ਦੇਖੋ, ਕਾਫੀ ਯੂਨੀਵਰਸਿਟੀਜ਼, ਮੈਂ ਗੱਲ ਕਰਾਂ, ਜਿਹੜੇ ਬੱਚਿਆਂ ਨੇ ਅਪਲਾਈ ਕੀਤਾ ਸੀ, ਸਿਡਨੀ ਅਪਲਾਈ ਕੀਤਾ, ਜਾਂ ਮੈਂ ਬ੍ਰਿਸਬੇਨ ਦੀ ਮੇਨ ਗੱਲ ਕਰਦਾ, ਬ੍ਰਿਸਬੇਨ ਜਾਂ ਐਡੀਲੇਟ ਉਹਨਾਂ ਨੇ ਅਪਲਾਈ ਕੀਤਾ, ਪਰਥ ਅਪਲਾਈ ਕੀਤਾ,
ਮੇਨ ਗੱਲ ਐਡੀਲੇਡ ਔਰ ਪਰਥ 'ਚ ਪ੍ਰੋਬਲਮ ਬਹੁਤ ਜ਼ਿਆਦਾ ਆ ਰਹੀ ਹੈ। ਦੋ ਸਿਟੀ ਦੀ ਗੱਲ ਕਰਾਂ, ਇਹਨਾਂ ਦੇ ਜੋ ਰਿਕੁਆਇਰਮੈਂਟ ਆ 2014 ਪਾਸ ਆਊਟ ਦੀ ਹੈ। ਅਗਰ ਮੈਂ ਗੱਲ ਕਰਾਂ ਗੋਲਡ ਕੋਸਟ ਦੀ, ਮੈਲਬੋਰਨ ਦੀ, ਸਿਡਨੀ ਦੀ ਗੱਲ ਕਰਾਂ, ਤਾਂ ਉਹ ਬੱਚੇ ਦੇ ਚਾਹੇ 4-5 ਸਾਲ ਦਾ ਵੀ ਗੈਪ ਹੈ, ਕੋਈ ਪ੍ਰੋਬਲਮ ਨਹੀਂ ਹੈ। ਅਗਰ ਮੈਂ ਗੱਲ ਕਰਾਂ ਆਪਣੇ ਕੈਨਬਰਾ ਯੂਨੀਵਰਸਿਟੀ ਦੀ, ਕੈਨਬਰਾ ਯੂਨੀਵਰਸਿਟੀ ਜਿਹੜੀ ਕਿ ਬੱਚੇ ਦੀ 2013 ਔਰ 14 ਦੀ ਪਾਸ ਆਊਟ ਜਿਹੜੀ ਕੁਆਲੀਫਿਕੇਸ਼ਨ ਹੋਏਗੀ, ਉਹ ਬੱਚਾ ਐਂਟਰਟੇਨ ਹੋਏਗਾ। ਸੋ ਹਰ ਇੱਕ ਦਾ ਨਜ਼ਰੀਆ ਆਪਣਾ 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 ਵੇ ਹੈ, ਉਹਨਾਂ ਦਾ ਨਜ਼ਰੀਆ ਆਪਣਾ ਹੈ ਕਿ ਕਿਹੜੇ ਬੱਚੇ ਦਾ ਗੈਪ ਕਿੰਨਾ, ਕਿਹੜੀ ਫਾਈਲ ਕਿਹੜੀ ਯੂਨੀਵਰਸਿਟੀ ਦੇ ਰਹੀ ਹੈ। ਕੋਈ ਯੂਨੀਵਰਸਿਟੀ ਕਹਿ ਰਹੀ ਕਿ ਨਹੀਂ ਸਾਨੂੰ 2014 ਫਾਈਲ ਚਾਹੀਦੀ ਹੈ, ਔਰ ਮੇਰੇ ਵੀਜ਼ੇ ਆਏ ਹੈ ਇਸ ਕਰਕੇ ਹੀ, ਦੇਖੋ ਕਿ ਮੇਰੇ ਕੋਲ ਇੰਨਾ ਜ਼ਿਆਦਾ ਕੇਸਿਸ ਹੈ, 100+ ਕੇਸ ਸਾਡੇ ਕੋਲ ਆਸਟ੍ਰੇਲੀਆ ਦਾ ਪਰ ਮੰਥ ਅਨਰੋਲ ਹੋ ਰਿਹਾ ਹੈ, 100 ਤੋਂ ਵੱਧ ਜਿਹੜਾ ਹੈਗਾ। ਅੱਛਾ, ਹੁਣ ਸਵਾਲ ਇਹ ਪੈਦਾ ਹੁੰਦਾ ਕਿ ਚਲੋ ਗੈਪ ਇੱਕ ਸਾਈਡ 'ਤੇ ਰੱਖ ਦਈਏ ਕਿ ਬਹੁਤ ਸਾਰੀਆਂ ਯੂਨੀਵਰਸਿਟੀਆਂ ਐਕਸੈਪਟ ਕਰਨ ਲੱਗ ਪਈਆਂ, ਸਾਡੀਆਂ ਫਾਈਲਾਂ ਦੇ ਵਿੱਚ, ਪੰਜਾਬ ਦੀਆਂ ਫਾਈਲਾਂ ਦੇ ਵਿੱਚ ਬੈਂਡ ਘੱਟ ਹੋਣਾ, ਸਪੌਸ ਕੇਸ ਹੋਣੇ, ਹੋਰ ਬਹੁਤ ਸਾਰੀਆਂ ਟੈਕਨੀਕਲ ਚੀਜ਼ਾਂ ਨੇ ਜਿਹੜੀਆਂ ਰੈਲੇਵੈਂਸੀ ਨਹੀਂ ਕਈ ਵਾਰੀ ਬਣ ਪਾ ਰਹੀ, ਡਿਪਲੋਮਾ ਇੱਥੇ ਕੀਤਾ ਦੁਬਾਰਾ ਡਿਪਲੋਮੇ 'ਚ ਨਹੀਂ ਜਾ ਪਾਉਂਦੇ। ਸ਼ੁਰੂਆਤ ਕਰਦੇ ਕਿ ਸਪੌਸ ਕੇਸਾਂ ਨੂੰ ਕਿਵੇਂ ਦੇਖ ਰਹੀਆਂ ਯੂਨੀਵਰਸਿਟੀ? ਜੀ, ਤੁਸੀਂ ਬਹੁਤ ਹੀ ਅੱਛਾ ਕੁਐਸਚਨ ਪੁੱਟ ਕੀਤਾ, ਕਿਉਂਕਿ ਕਾਫੀ ਜ਼ਿਆਦਾ ਮੈਂ ਕਹਾਂ ਮੇਰੇ ਕੋਲ ਸਟੂਡੈਂਟਸ ਆ ਰਹੇ ਆ ਜਿਨ੍ਹਾਂ ਦੀ ਕੁਆਲੀਫਿਕੇਸ਼ਨ 10+2 ਹੈ, ਉਹ 2012 ਜਾਂ 11 ਜਾਂ 12 ਦੇ ਪਾਸ ਆਊਟ ਹੈ। ਉਹ ਕਹਿ ਰਹੇ ਕਿ ਸਰ ਸਾਨੂੰ ਬਾਕੀ ਕੰਸਰਨ ਕਹਿ ਰਹੇ ਕਿ 2012 ਦੇ ਜਿਹੜੇ ਕਿ ਸਪੌਸ ਕੇਸ ਦਾ ਵੀਜ਼ਾ ਨਹੀਂ ਲੱਗੇਗਾ। ਬਿਲਕੁਲ, ਐਸਾ ਕੁਛ ਨਹੀਂ ਹੈ। ਮੇਰਾ ਲਾਸਟ ਵੀਜ਼ਾ ਜਿਹੜੇ ਕਿ 3 ਦਿਨ ਪਹਿਲੇ ਸਤਿੰਦਰ ਕੌਰ ਦਾ ਲੱਗ ਗਿਆ, ਤੁਸੀਂ ਹੋਰ ਵੀ ਬਹੁਤ ਵੀਜ਼ੇ ਲੱਗੇ, ਮੈਂ ਇੱਕ ਵੀਜ਼ੇ ਦੀ ਗੱਲ ਨਹੀਂ ਕਰ ਰਿਹਾ। ਜਦੋਂ ਸਟੂਡੈਂਟ ਮੇਰੇ ਕੋਲ ਆਏਗਾ ਉਹਨੂੰ ਮੈਂ 10-12 ਸਪੌਸ ਕੇਸ ਇੱਦਾਂ ਦੇ ਦਿਖਾਵਾਂਗਾ ਜਿਨ੍ਹਾਂ ਦੀ ਕੁਆਲੀਫਿਕੇਸ਼ਨ 2012 ਦੇ ਪਾਸ ਆਊਟ ਹੈ, ਔਰ ਰੀਸੈਂਟ ਸਤੰਬਰ ਅਕਤੂਬਰ ਦੇ ਮੰਥ 'ਚ ਉਹਨਾਂ ਦੇ ਵੀਜ਼ੇ ਅਪਰੂਵ ਹੋਏ ਆ। ਹਰ ਇੱਕ ਦਾ ਨਜ਼ਰੀਆ ਉਹੀ ਗੱਲ ਹੈ ਕਿ ਜਿਹੜਾ ਕੰਸਲਟੈਂਟ ਕਹਿ ਰਿਹਾ ਕਿ ਮੈਨੂੰ ਗ੍ਰੈਜੂਏਸ਼ਨ ਦੀ ਰਿਕੁਆਇਰਮੈਂਟ ਹੈ, ਉਹ ਕੰਸਲਟੈਂਟ ਦੀ ਨਹੀਂ, ਉਹ ਯੂਨੀਵਰਸਿਟੀਜ਼ ਦੀ ਰਿਕੁਆਇਰਮੈਂਟ ਹੈ। ਯੂਨੀਵਰਸਿਟੀਜ਼ ਉਹਨਾਂ ਨੂੰ ਕਹਿ ਰਹੇ ਕਿ ਮੈਨੂੰ ਜਿਹੜੇ ਕਿ ਪੰਜਾਬ ਤੋਂ ਕੇਸਿਸ ਆ ਰਹੇ ਆ ਉਹ ਜ਼ਿਆਦਾ ਫੇਕ ਕੰਟਰੈਕਟ ਮੈਰਿਜਿਸ ਦੇ ਆ ਰਹੇ ਆ, ਕਿਉਂਕਿ ਅੱਜ ਦੀ ਡੇਟ 'ਚ ਤੁਸੀਂ ਕੋਈ ਪੇਪਰ ਉਠਾਓ, ਮੈਂ ਕਿਸੇ ਪੇਪਰ ਦਾ ਨਾਮ ਨਹੀਂ ਲੈ ਰਿਹਾ, ਕੋਈ ABC ਪੇਪਰ ਉਠਾਓ, ਕਲਾਸੀਫਾਈਡ ਐਡ ਦੇਖੋ, 5.5 ਬੈਂਡ, 6 ਬੈਂਡ, 6.5 ਬੈਂਡ ਦੀ ਕੁੜੀ ਚਾਹੀਦੀ ਹੈ, ਕੰਟਰੈਕਟ ਮੈਰਿਜ ਖਰਚਾ ਲੜਕੇ ਵੱਲੋਂ। ਸੋ ਇਹ ਸਾਰੀ ਕਟਿੰਗ ਜਦੋਂ ਅੰਬੈਸੀਜ ਨੂੰ ਜਾਂਦੀਆਂ, ਯੂਨੀਵਰਸਿਟੀਜ਼ ਨੂੰ ਜਾਂਦੀਆਂ, ਕਾਲਜ ਨੂੰ ਜਾਂਦੀਆਂ, ਤਾਂ ਉਹਨਾਂ ਨੂੰ ਪਤਾ ਚੱਲਦਾ ਕਿ ਪੰਜਾਬ ਔਰ ਹਰਿਆਣਾ ਦੇ ਵਿੱਚ ਐਕਚੁਅਲੀ ਹੋ ਕੀ ਰਿਹਾ। ਇਸ ਚੀਜ਼ ਨੂੰ ਲੈ ਕੇ ਉਹ ਸਟ੍ਰਿਕਟ ਹੋ ਰਹੀ ਹੈ ਕਿ ਐਟਲੀਸਟ ਗ੍ਰੈਜੂਏਸ਼ਨ ਵਾਲੇ ਅਸੀਂ ਰਿਕੁਆਇਰਮੈਂਟ ਰੱਖਾਂਗੇ ਤਾਂ ਕੁਛ ਤੇ ਸਾਡੇ ਕੋਲ ਫਿਲਟਰ ਹੋ ਕੇ ਸਟੂਡੈਂਟ ਆਣਗੇ, ਕਿ ਇਹ ਨਹੀਂ ਕਿ 10+2 ਵਾਲੇ, ਕਿਉਂਕਿ ਉਹਨਾਂ ਦਾ ਨਜ਼ਰੀਆ ਹੈ ਕਿ ਅਗਰ ਕੋਈ ਬੱਚੇ ਦੀ ਏਜ 18-19 ਸਾਲ ਦੀ ਹੈ, ਉਹਨੇ 10+2 ਕੀਤੀ 2018 ਵਿੱਚ, ਸਪੋਜ਼ 18 ਸਾਲ ਦੀ ਏਜ ਹੈ, 2014 'ਚ ਉਹਨੇ ਕੀਤੀ, ਨਾਲ ਹੀ ਉਹਨੇ ਆਪਣੇ ਆਇਲਸ ਕਰਕੇ ਨਾਲ ਹੀ ਮੈਰਿਜ ਕਰਵਾਤੀ, ਸਾਡੇ ਪੁਆਇੰਟ ਆਫ ਵਿਊ ਨਾਲ ਜੈਨੂਇਨ ਮੈਰਿਜ ਨਹੀਂ ਹੈ। ਲੇਕਿਨ ਤੁਸੀਂ ਸਾਡੇ ਕੋਲ ਆਓ, ਅਗਰ ਤੁਹਾਡੀ ਮੈਰਿਜ 3-4 ਮਹੀਨੇ ਵੀ ਪੁਰਾਣੀ ਹੈ ਔਰ ਤੁਹਾਡੇ 6 ਬੈਂਡ ਹੈ, ਨੋ ਪ੍ਰੋਬਲਮ, 10+2 ਕੁਆਲੀਫਿਕੇਸ਼ਨ ਤੁਹਾਡੀ ਹੋਣੀ ਚਾਹੀਦੀ ਹੈ, ਅਸੀਂ ਤੁਹਾਡੀ ਆਫਰ ਉਹ COA ਮੰਗਵਾ ਕੇ ਦਿਆਂਗੇ। ਸਮੱਸਿਆ ਜਿਹੜੀ ਪਲੱਸ ਟੂ ਸਪੌਸ ਨੂੰ ਹੈ, ਗ੍ਰੈਜੂਏਸ਼ਨ ਤਾਂ ਮੇਰੇ ਖਿਆਲ ਲੇਡੀ ਸਮੱਸਿਆ ਕਦੇ ਆਈ ਨਹੀਂ, ਕੋਈ ਪ੍ਰੋਬਲਮ ਨਹੀਂ ਜੀ, ਕੋਈ ਪ੍ਰੋਬਲਮ ਨਹੀਂ ਆ ਰਹੀ ਜੀ। ਔਰ ਜਿਹੜੀ ਤੁਸੀਂ ਹੁਣੇ ਮੁੱਦਾ ਉਠਾਇਆ ਵੀ ਇੱਕ ਬਹੁਤ ਵੱਡਾ ਪੰਜਾਬ ਦੇ ਵਿੱਚ ਮੁੱਦਾ ਬਣਾਇਆ ਕਿ ਸਾਲ ਪੁਰਾਣੀ ਮੈਰਿਜ ਹੋਵੇ, ਮਹੀਨਾ ਪੁਰਾਣੀ ਹੋਵੇ, 6 ਮਹੀਨੇ ਹੋਵੇ, ਇੱਥੇ ਕੀ ਹੈ ਪੈਰਾਮੀਟਰ, ਐਕਚੁਅਲ ਪੈਰਾਮੀਟਰ? ਦੇਖੋ ਐਕਚੁਅਲੀ 'ਚ ਕੀ ਹੈ ਕਿ ਕਈ ਯੂਨੀਵਰਸਿਟੀਜ਼ ਦੀ, ਅਗਰ ਮੈਂ ਫੈਡਰੇਸ਼ਨ ਦੀ ਗੱਲ ਕਰਾਂ, ਫੈਡਰੇਸ਼ਨ ਯੂਨੀਵਰਸਿਟੀ SM ਸਟ੍ਰਿਕਟ ਹੋ ਰਹੀ ਹੈ, ਸਪੋਜ਼ ਕੇਸ ਨੂੰ ਕਹਿ ਰਹੀ ਕਿ ਮੈਨੂੰ ਐਟਲੀਸਟ 1 ਸਾਲ ਪੁਰਾਣੀ ਮੈਰਿਜ ਚਾਹੀਦੀ ਹੈ, ਕਈ ਯੂਨੀਵਰਸਿਟੀਜ਼ ਹੈਗੀਆਂ ਜਿਹੜੀਆਂ ਕਹਿ ਰਹੀ ਕਿ ਮੈਨੂੰ 6 ਮੰਥ ਪੁਰਾਣੀ ਚਾਹੀਦੀ ਹੈ, ਔਰ ਕਈ ਯੂਨੀਵਰਸਿਟੀਜ਼ ਕਹਿ ਰਹੀਆਂ ਸਾਨੂੰ 2 ਮਹੀਨੇ ਪੁਰਾਣੀ ਮੈਰਿਜ ਤੋਂ ਵੀ ਕੋਈ ਗੁਰੇਜ ਨਹੀਂ ਹੈ। ਲੇਕਿਨ ਹਰ ਇੱਕ ਦਾ ਆਪਣਾ ਆਪਣਾ ਨਜ਼ਰੀਆ। ਅਗਰ ਮੈਂ ਗੱਲ ਕਰਾਂ ਕਿ ਜਿਹੜੇ ਬੱਚਿਆਂ ਦੀ, ਜਿਵੇਂ ਮੈਂ ਗੈਪ ਦੀ ਗੱਲ ਕਰ ਰਿਹਾ ਸੀ, ਤਾਂ ਜਿਹੜੇ ਬੱਚੇ 2009-10 ਵਾਲੇ ਪ੍ਰੋਗਰਾਮ ਦੇਖ ਰਹੇ ਹੈ, ਖਾਸ ਕਰਕੇ ਮੈਂ ਉਹਨਾਂ ਵਾਸਤੇ ਇਨਫੋਰਮੇਸ਼ਨ ਦਿਆਂਗਾ, ਉਹ ਬੱਚਿਆਂ ਦੇ 5.5 ਬੈਂਡ, ਨੋ ਲੈਸ ਦੈਨ 5 ਬੈਂਡ, ਔਰ ਇੰਗਲਿਸ਼ ਜਾਂ ਓਵਰਆਲ ਉਹਨਾਂ ਦੇ 10th ਔਰ ਪਲੱਸ 2 'ਚ ਮੈਨੂੰ 50% ਮਾਰਕਸ ਚਾਹੀਦੇ ਆ, ਇੰਗਲਿਸ਼ ਦੇ ਜਾਂ ਐਗਰੀਗੇਟ, ਓਵਰਆਲ ਐਗਰੀਗੇਟ, 10th ਔਰ ਪਲੱਸ 2 ਦੇ ਮੈਨੂੰ 50% ਬੈਂਡ ਦੀ ਪਰਸੈਂਟੇਜ ਦੀ ਰਿਕੁਆਇਰਮੈਂਟ ਹੈ, ਔਰ ਬੈਂਡ 5.5 ਬੈਂਡ, ਨੋ ਲੈਸ ਦੈਨ 5 ਬੈਂਡ। ਹੁਣ ਮੈਂ ਗੱਲ ਕਰਾਂ 2012-13 ਔਰ 14 ਪਾਸ ਆਊਟ ਬੱਚਿਆਂ ਵਾਸਤੇ, ਉਹਨਾਂ ਵਾਸਤੇ ਮੇਰੇ ਤੋਂ 5 ਬੈਂਡ ਦੀ ਰਿਕੁਆਇਰਮੈਂਟ ਹੈ, ਨੋ ਲੈਸ ਦੈਨ 4.5 ਬੈਂਡ, ਉਹ ਬੱਚੇ ਅਪਲਾਈ ਕਰ ਸਕਦੇ ਔਰ ਆਪਣਾ ਵੀਜ਼ਾ ਅਪਰੂਵ ਕਰਵਾ ਸਕਦੇ ਆ। 4.5 ਬੈਂਡ ਨਾਲ, ਯਾਨੀ ਕਿ 10-11-12 ਵਾਲੇ, 13-14 ਵਾਲੇ ਬੱਚੇ ਜਾ ਸਕਦੇ ਆ, ਜੇ ਕਿਸੇ ਚੀਜ਼ ਚ ਆ ਗਏ। 9-10-11 ਵਾਲੇ ਨੋ ਲੈਸ ਦੈਨ 5 ਬੈਂਡ, ਅੱਛਾ, ਔਰ 12-13-14 ਵਾਲੇ
ਹੋਵੇ ਨੋ ਲੈਸ ਦੈਨ 4.5 ਬੈਂਡ, 4.5 ਬੈਂਡ ਦਾ। ਔਰ ਜਿਵੇਂ ਤੁਸੀਂ 9 ਦੀ ਗੱਲ ਕੀਤੀ, ਚਲੋ ਆਪਾਂ 10 ਦਾ ਕੇਸ ਚੱਕ ਲੈਂਦੇ ਐਗਜ਼ਾਮਪਲ, 10 ਹੈਗਾ ਬੈਂਡ, ਠੀਕ ਨੇ, ਸਪੌਸ ਕੇਸ ਹੈ, ਹਾਂਜੀ, ਗ੍ਰੈਜੂਏਸ਼ਨ, ਕਿੰਨੀ ਕੁ ਪੋਸੀਬਿਲਟੀ ਬਣਦੀ ਹੈ ਵੀਜ਼ਾ? 100% ਵੀਜ਼ਾ ਆਏਗਾ, ਕਿਉਂਕਿ ਮੈਂ ਇਹ ਚੀਜ਼ ਕਲੀਅਰ ਕਰ ਦਵਾਂ, ਉਹਨਾਂ ਨੇ GTE ਦੀ ਅਸੈਸਮੈਂਟ ਜਿਹੜੀ ਕਿ ਪਾਵਰ ਹੈ ਯੂਨੀਵਰਸਿਟੀਜ਼ ਨੂੰ ਹੈਂਡਓਵਰ ਕੀਤੀ ਹੋਈ ਹੈ। ਅਗਰ ਯੂਨੀਵਰਸਿਟੀਜ਼ ਦਾ 90% ਤੋਂ ਘੱਟ ਸਕਸੈਸ ਰੇਟ ਰਹੇਗਾ ਤਾਂ ਯੂਨੀਵਰਸਿਟੀ SVP ਤੋਂ ਬਾਹਰ ਨਿਕਲ ਜਾਏਗੀ, ਬਲੈਕ ਲਿਸਟ ਹੋ ਜਾਏਗੀ। ਸੋ ਉਹਨਾਂ ਨੂੰ ਵੀ ਪਤਾ ਕਿ ਅਸੀਂ ਖੁਦ ਉਹ ਬੈਂਕ ਕਾਲ ਕਰਦੇ ਆ, ਜਿੰਨੇ ਵੀ ਬੱਚਿਆਂ ਦੇ ਫੰਡਸ ਲੱਗਦੇ ਆ, ਹਰ ਯੂਨੀਵਰਸਿਟੀਜ਼ ਆਪਣੇ ਬਿਹਾਫ ਤੇ ਵੈਰੀਫਿਕੇਸ਼ਨ ਕਰ ਰਹੀ ਹੈ ਔਰ ਡੀਪਲੀ ਵੈਰੀਫਾਈ ਕਰ ਰਹੀ ਹੈ। ਮੈਂ ਈਵਨ ਇਹ ਵੀ ਗੱਲ ਕਰਾਂਗਾ ਕਿ ਕਈ ਸਟੂਡੈਂਟ ਨੇ ਮੈਨੂੰ ਆ ਕੇ ਦੱਸਿਆ ਕਿ ਸਰ ਅਸੀਂ ਫੰਡਸ ਕਰਾਏ ਸੀ, ਸਾਨੂੰ ਮੈਨੇਜਰ ਨੇ ਦੱਸਿਆ ਕਿ ਇੱਥੇ ਤੱਕ ਇਨਕੁਆਇਰੀ ਆਈ ਹੈ ਕਿ ਉਹਨਾਂ ਨੇ ਕਿਹਾ ਕਿ ਸਾਨੂੰ ਫੋਨ ਨੰਬਰ ਨਿਕਾਲ ਕੇ ਦਿਓ ਕਿ ਅਕਾਊਂਟ ਦੇ ਵਿੱਚ ਜਿਹੜਾ ਬੱਚੇ ਦਾ ਅਕਾਊਂਟ ਹੈ ਉਹਦੇ 'ਚ ਉਹਦਾ ਫੋਨ ਨੰਬਰ ਕੀ ਹੈ, ਉਹਦਾ ਸਨ ਆਫ ਦੱਸੋ। ਤੇ ਜਿਹੜੇ 2008 ਦੀ ਗੱਲ ਕਰਾਂ, 7 ਦੀ ਗੱਲ ਕਰਾਂ, ਉਦੋਂ ਕੀ ਹੁੰਦਾ ਸੀ ਕਿ ਸੇਮ ਨਾਮ ਦੀ ਕੰਸਲਟੈਂਟ ਮੈਨੇਜਰ ਨਾਲ ਸੈਟਿੰਗ ਹੁੰਦੀ ਸੀ, ਸੇਮ ਨਾਮ ਦੀ ਸਟੇਟਮੈਂਟ ਕਿਹਾ ਜਾਂਦਾ ਸੀ ਕਿ ਉਹ ਨਾਮ ਹੈ, ਸਪੋਜ਼ ABC ਸੰਦੀਪ ਸਿੰਘ ਨਾਮ ਹੈ, ਕੋਈ ਵੀ ਸੰਦੀਪ ਸਿੰਘ ਨੇ ਮੈਨੂੰ 15 ਲੱਖ ਦੇ, 20 ਲੱਖ ਦੀ ਸਟੇਟਮੈਂਟ ਦੇ ਦਿਓ ਨਿਕਾਲ ਕੇ, ਤੋਂ ਅੰਬੈਸੀ 'ਚ ਲੱਗਦੀ ਸੀ, ਵੀਜ਼ਾ ਆ ਜਾਂਦਾ ਸੀ। ਹੁਣ ਵੀਜ਼ਾ ਆਫਿਸਰ ਬਹੁਤ ਸਮਾਰਟ ਹੈ, ਉਹਨਾਂ ਨੂੰ ਪ੍ਰੋਪਰ ਪਤਾ ਕਿ ਪੰਜਾਬ ਔਰ ਹਰਿਆਣਾ ਸਟੇਟ 'ਚ ਕੀ ਹੋ ਰਿਹਾ, ਇਸ ਕਰਕੇ ਉਹ ਫੋਨ ਨੰਬਰ ਤੱਕ ਵੀ ਮੈਂ ਕਹਾਂ ਕਿ ਉਹ ਲੈ ਰਹੇ ਆ ਉਹਨਾਂ ਕੋਲ, ਮੈਨੇਜਰ ਤੋਂ ਲੈ ਕੇ ਕ੍ਰੋਸ ਚੈੱਕ ਕਰ ਰਹੇ ਆ। ਇਸ ਕਰਕੇ ਯੂ ਸ਼ੁਡ ਨੈਵਰ ਸ਼ੋ ਫੇਕ ਫੰਡ, ਜੈਨੂਇਨ ਫੰਡ ਦਿਖਾਓ ਕਿ ਅਗਰ ਤੁਹਾਡੇ ਫੰਡਸ ਕਰਕੇ ਜਾਂ ਤੁਹਾਡੇ ਕੋਈ ਫੇਕ ਗ੍ਰੈਜੂਏਸ਼ਨ ਦੇ ਡਾਕੂਮੈਂਟਸ ਲੱਗੇ ਤਾਂ ਤੁਹਾਡੀ ਫੀਸ ਵੀ ਪ੍ਰੋਬਲਮ ਵਿੱਚ ਆ ਸਕਦੀ ਹੈ। ਬਲਜਿੰਦਰ ਜੀ, ਇੱਕ ਚੀਜ਼ ਇੱਥੇ ਮੈਂ ਪੁੱਛਣੀ ਚਾਹੂੰਗਾ, ਜਿਹੜੇ ਵਿਦਿਆਰਥੀ ਤੁਸੀਂ ਵੀਜ਼ੇ ਪ੍ਰਾਪਤ ਕੀਤੇ ਜਾਂ ਅਪਲਾਈ ਕਰਦੇ ਹੋ, ਕਿੰਨੀ ਕੁ ਪੋਸੀਬਿਲਟੀ ਹੁੰਦੀ ਹੈ ਜਿਨ੍ਹਾਂ ਦੇ ਬੈਂਡ ਘੱਟ ਹੈ, ਗੈਪ ਜ਼ਿਆਦਾ, ਸਪੌਸ ਕੇਸ ਨੇ, ਇੰਟਰਵਿਊ ਚਾਂਸਿਸ? ਦੇਖੋ, ਇੰਟਰਵਿਊ ਵਾਸਤੇ ਮੈਂ ਇੱਕ ਵੱਖਰਾ ਆਪਣਾ ਡਿਪਾਰਟਮੈਂਟ ਆਪਣਾ ਓਪਨ ਕੀਤਾ ਹੋਇਆ, ਮੇਰਾ ਇੱਕ ਵੱਖਰਾ ਆਫਿਸ ਹੈ, ਉਹਦੇ 'ਚ ਮੈਂ 3 ਲੜਕੀਆਂ ਅਪੁਆਇੰਟ ਕੀਤੀਆਂ ਹੋਈਆਂ। ਬਕਾਇਦਾ ਉਹਨਾਂ ਦੀ ਡਿਊਟੀ ਹੀ ਇਹ ਹੈ ਸਵੇਰ ਤੋਂ ਲੈ ਕੇ ਸ਼ਾਮ ਤੱਕ ਕਿ ਜਿੰਨੇ ਸਾਡੇ ਕੇਸਿਸ ਲੱਗਦੇ ਆ ਹਰ ਇੱਕ ਬੱਚੇ ਨੂੰ ਕਾਲ ਕਰਕੇ ਤੁਸੀਂ ਪਰਸਨਲੀ ਉਹਨੂੰ ਫੋਨ 'ਤੇ ਨਹੀਂ, ਉਹਨੂੰ ਪਰਸਨਲੀ ਆਫਿਸ ਬੁਲਾਉਣਾ, ਉਹਨੂੰ 5 ਡੇਜ਼ ਬੁਲਾ ਕੇ ਉਹਨੂੰ ਪ੍ਰਿਪਰੇਸ਼ਨ ਕਰਵਾਉਣੀ ਹੈ ਇੰਟਰਵਿਊ ਦੀ, ਕਿ ਜੇ ਬੱਚੇ ਦੀ ਇੰਟਰਵਿਊ ਆਉਂਦੀ ਹੈ, ਫਸਟ ਐਂਡ ਫੋਰ ਪਹਿਲੇ ਤੋਂ ਉਹਦੀ ਯੂਨੀਵਰਸਿਟੀ ਤੋਂ ਆਉਂਦੀ ਹੈ। ਯੂਨੀਵਰਸਿਟੀ ਤੋਂ ਠੀਕ ਹੈ ਕਿ ਬੱਚੇ ਨੇ ਇੱਕ ਵਾਰੀ ਕਲੀਅਰ ਨਹੀਂ ਕੀਤੀ ਤਾਂ ਦੁਬਾਰਾ ਚਾਂਸ ਵੀ ਬੱਚੇ ਨੂੰ ਮਿਲ ਸਕਦਾ, ਲੇਕਿਨ ਅੰਬੈਸੀ ਦੀ ਜਦੋਂ ਇੰਟਰਵਿਊ ਆਈ ਬੱਚੇ ਨੂੰ ਇੱਕ ਚਾਂਸ, ਸਿੰਗਲ ਚਾਂਸ ਮਿਲੇਗਾ। ਅਗਰ ਬੱਚਾ ਸੈਟਿਸਫਾਈਡ ਨਹੀਂ ਕਰ ਪਾਇਆ, ਵੀਜ਼ਾ ਆਫਿਸਰ ਨੂੰ ਕਨਵਿੰਸ ਨਹੀਂ ਕਰ ਪਾਇਆ, ਤਾਂ ਉਹਦਾ ਵੀਜ਼ਾ ਰਿਫਿਊਜ਼ ਹੋ ਸਕਦਾ। ਸਾਡਾ ਸਕਸੈਸ ਰੇਟ ਐਟ ਪ੍ਰੈਜ਼ੈਂਟ ਅਕਤੂਬਰ ਤੱਕ 2014 ਤੱਕ ਇਸ ਕਰਕੇ 100% ਹੈ ਕਿ ਅਸੀਂ ਇਸ ਤਰ੍ਹਾਂ ਦੇ ਐਫਰਟਸ ਕੀਤੇ ਹੋਏ ਆ। ਅਸੀਂ ਆਪਣਾ ਵੱਖਰਾ ਸਟਾਫ ਇੰਪੁਆਇੰਟ ਕੀਤਾ ਹੋਇਆ, ਉਹਨਾਂ ਦੀ ਡਿਊਟੀਜ਼ ਲਗਾਈਆਂ ਹੋਈਆਂ, ਵੱਖਰੀ ਸੈਲਰੀ ਉਹਨਾਂ ਨੂੰ ਪੇ ਕਰ ਰਹੇ ਹਾਂ, ਤਾਂ ਕਿ ਸਾਡਾ ਵੀਜ਼ਾ ਜਿਹੜਾ ਸਕਸੈਸ ਰੇਟ ਹੈ 100% ਐਟ ਪ੍ਰੈਜ਼ੈਂਟ ਕੰਟੀਨਿਊ ਰਹੇ। ਬਲਜਿੰਦਰ ਜੀ, ਜਿਹੜੇ ਤੁਹਾਡੇ ਥਰੂ ਗਏ ਨੇ ਜਾਂ ਹੁਣ ਜਾ ਰਹੇ ਨੇ ਜਾਂ ਜਿਹੜੇ ਅਪਲਾਈ ਕਰ ਰਹੇ ਨੇ, ਐਲੀ ਨੂੰ ਲੈ ਕੇ ਕੀ ਕਹਿਣਾ ਚਾਹੁੰਦੇ ਹੋ, ਕਿੰਨੀ ਕੁ ਐਲੀ ਲੱਗ ਰਹੀ ਹੈ ਇਸ ਵਕਤ? ਦੇਖੋ ਰਣਵੀਰ ਜੀ, ਤੁਸੀਂ ਬੜਾ ਅੱਛਾ ਕੁਐਸਚਨ ਪੁੱਟ ਕੀਤਾ, ਮੈਂ ਇਹਦੇ 'ਚ ਕਲੀਅਰ ਕਰਨਾ ਚਾਹਾਂਗਾ। ਬੜੇ ਬੱਚੇ ਇਸ ਤਰ੍ਹਾਂ ਦੇ ਆ ਜਿਹੜੇ ਕਿ ਚਾਹ ਰਹੇ ਕਿ ਅਸੀਂ ਐਲੀ ਕੋਰਸ ਲਗਾ ਕੇ ਨਹੀਂ ਜਾਣਾ, ਕਿ ਸਾਡੀ ਫੀਸਿਸ ਬਹੁਤ ਜ਼ਿਆਦਾ ਹਾਈ ਹੈ, ਕਿਸੇ ਨਾ ਕਿਸੇ ਤਰ੍ਹਾਂ ਮੈਂ ਉਹਨਾਂ ਨਾਲ ਐਗਰੀ ਹਾਂ। ਲੇਕਿਨ ਗੱਲ ਮੈਂ ਕਰਾਂਗਾ 2009-10 ਦੀ, ਉਸ ਟਾਈਮ UK ਬਹੁਤ ਜ਼ਿਆਦਾ ਹਾਈ ਬੂਮ ਵੀ ਸੀ, ਬਹੁਤ ਵੀਜ਼ਾ ਅਪਰੂਵ ਹੋ ਰਹੇ ਸੀ। ਤਦ ਮੇਰੇ ਕੋਲ ਸਟੂਡੈਂਟ ਆਉਂਦੇ ਸੀ, ਸਟੂਡੈਂਟ ਕਹਿੰਦੇ ਸੀ ਕਿ ਨਹੀਂ ਸਰ ਜਾਣਾ ਤਾਂ ਅਸੀਂ ਗੌਰਮੈਂਟ ਕਾਲਜ ਜਾਣਾ, ਪ੍ਰਾਈਵੇਟ ਕਾਲਜ ਹਾਈਲੀ ਟਰਸਟਿਡ ਨਹੀਂ ਜਾਣਾ। ਅਤੇ ਕਈ ਵਾਰੀ ਮੈਂ ਸਟੂਡੈਂਟਸ ਨੂੰ ਸਮਝਾਉਂਦਾ ਸੀ ਕਿ ਦੇਖੋ ਠੀਕ ਹੈ, ਤੁਹਾਡਾ ਗੌਰਮੈਂਟ ਕਾਲਜ ਹੋ ਸਕਦਾ, ਲੇਕਿਨ ਤੁਹਾਨੂੰ ਆਫਰ ਲੈਟਰ ਨੂੰ ਟਾਈਮ ਲੱਗੇਗਾ, ਉਸ ਤੋਂ ਬਾਅਦ ਤੁਹਾਡੀ ਜੋ ਅਸੈਸਮੈਂਟ ਅੱਗੋਂ ਚਲੇਗੀ ਉਹਦੇ ਤੁਹਾਨੂੰ ਥੋੜ੍ਹਾ ਟਾਈਮ ਲੱਗੇਗਾ। ਐਟ ਪ੍ਰੈਜੈਂਟ ਅਗਰ ਗੱਲ ਕਰਾਂ ਤਾਂ ਰੂਲ ਬਹੁਤ ਸਟ੍ਰਿਕਟ ਹੋ ਰਿਹਾ, ਔਰ ਬਹੁਤ ਜਲਦੀ ਵੀਜ਼ਾ ਬੰਦ ਹੋ ਜਾਣਗੇ, ਤੁਸੀਂ ਜਾਣ ਵਾਲੀ ਗੱਲ ਕਰੋ। ਉਹੀ ਗੱਲ ਕਈ ਬੱਚਿਆਂ ਨੇ ਮੇਰੀ ਗੱਲ ਮੰਨੀ, ਔਰ ਕਈਆਂ ਨੇ ਕਿਹਾ ਨਹੀਂ ਕਿ ਅਸੀਂ ਜਾਣਾ ਤਾਂ ਗੌਰਮੈਂਟ ਕਾਲਜ ਜਾਣਾ, ਜਿਵੇਂ ਉੱਥੇ ਵੇਲਸ ਕਾਲਜ ਹੁੰਦਾ ਸੀ UK ਦੇ ਵਿੱਚ, ਕਾਲਜ ਬਲੈਕ ਲਿਸਟ ਹੋ ਗਿਆ, ਗੌਰਮੈਂਟ ਕਾਲਜ ਵੀ ਬਲੈਕ ਲਿਸਟ ਹੋ ਗਿਆ, ਔਰ ਬੱਚਿਆਂ ਦੇ ਵੀਜ਼ੇ ਨਹੀਂ ਲੱਗੇ। ਐਟ ਪ੍ਰੈਜੈਂਟ ਮੈਂ ਗੱਲ ਕਰਾਂ ਤਾਂ SVP ਤੁਸੀਂ ਜਲਦੀ ਤੋਂ ਜਲਦੀ ਅਪਲਾਈ ਕਰੋ। ਜਿਹੜੇ ਬੱਚਿਆਂ ਨੇ ਆਪਣੇ 5 ਬੈਂਡ ਹੈ,
ਨੋ ਲੈਸ ਦੈਨ 4.5 ਬੈਂਡ ਹੈ, ਠੀਕ ਹੈ। ਅਗਰ ਤੁਹਾਡੇ ਕੋਲ ਪੈਸੇ ਦਾ ਨਹੀਂ ਹੈ, ਪੈਸੇ ਮੈਂ ਕਦੀ ਨਹੀਂ ਕਹਾਂਗਾ ਕਿ ਕਿਸੇ ਕੋਲ ਪਕੜ ਕੇ ਅਪਲਾਈ ਕਰੋ, ਪੈਸੇ ਨਹੀਂ ਹੈ, ਦੁਬਾਰਾ ਆਪਣੀ ਪ੍ਰਿਪਰੇਸ਼ਨ ਲਓ ਆਇਲਸ ਦੀ ਔਰ ਐਸ ਸੂਨ ਐਸ ਪੋਸੀਬਲ ਦੁਬਾਰਾ ਅਪਲਾਈ ਕਰੋ। ਹਾਂ, ਇੱਕ ਸੈਕਿੰਡ ਮੈਂ ਇੱਕ ਗੱਲ ਹੋਰ ਕਲੀਅਰ ਕਰਨਾ ਚਾਹਾਂਗੇ ਰਣਬੀਰ ਜੀ, ਕਾਫੀ ਸਟੂਡੈਂਟਸ ਨੂੰ, ਇੱਕ ਯੂਨੀਵਰਸਿਟੀ ਹੈ ਜਿਹੜੀ ਕਿ ਔਨ ਸਕਰੀਨ ਔਨ ਟੀਵੀ ਤੇ, ਮੈਂ ਨਾਮ ਨਹੀਂ ਲੈਣਾ ਚਾਹਾਂਗਾ, ਉਹ ਯੂਨੀਵਰਸਿਟੀ ਜ਼ਰੂਰ ਬੱਚਿਆਂ ਨੂੰ ਹਰਾਸ ਕਰ ਰਹੀ ਹੈ। ਇਸ ਕਰਕੇ ਇਹ ਪ੍ਰੋਬਲਮ ਆ ਰਹੀ ਹੈ ਕਿ ਐਂਕਰ ਰਣਬੀਰ ਜੀ ਨੇ ਮੈਨੂੰ ਇਹ ਕੁਐਸਚਨ ਪੁੱਟ ਕੀਤਾ, ਕਿਉਂਕਿ ਇਹਨਾਂ ਤੱਕ ਵੀ ਸਾਰੀ ਇਨਫੋਰਮੇਸ਼ਨ ਪਹੁੰਚਦੀ ਹੈ ਕਿ ਉੱਥੇ ਜਾ ਕੇ ਐਲਈ ਚ ਬੱਚੇ ਨੂੰ ਪਾਸ ਨਹੀਂ ਕੀਤਾ ਜਾਂਦਾ। ਇਹ ਸਮੱਸਿਆ ਬਹੁਤ ਜ਼ਿਆਦਾ ਦੇਖਣ ਨੂੰ ਮਿਲੀ, ਮੈਂ ਖੁਦ ਦੇਖ ਕੇ ਆਇਆ ਆਪਣੇ ਵਿਜ਼ਿਟ ਦੇ ਦੌਰਾਨ। ਬਹੁਤ ਸਾਰੇ ਵਿਦਿਆਰਥੀ ਨੇ ਵੀ ਸਾਨੂੰ ਬਲਜਿੰਦਰ ਜੀ ਸ਼ਿਕਾਇਤ ਕੀਤੀ ਹੈ ਕਿ ਜਾਣ ਬੁੱਝ ਕੇ ਜੇ 3 ਹਫ਼ਤਿਆਂ ਦਾ, 4 ਹਫ਼ਤਿਆਂ ਦਾ, 15 ਹਫ਼ਤਿਆਂ ਦਾ, 20 ਹਫ਼ਤਿਆਂ ਦਾ, ਜਿੰਨਾ ਵੀ ਐਲਈ ਲੱਗਿਆ ਉਹ ਪੂਰਾ ਕਰਨ ਦੇ ਬਾਵਜੂਦ ਵੀ ਪਾਸ ਨਹੀਂ ਕੀਤਾ ਜਾ ਰਿਹਾ, ਕਿਉਂਕਿ ਉੱਥੇ ਇੱਕ ਇਨਕਮ ਸੋਰਸ ਬਣ ਗਿਆ। 100-100, 200-200, 500 ਬੱਚਾ ਐਲੀ ਕਰ ਰਿਹਾ, ਉਹਨਾਂ ਤੋਂ ਲੱਖਾਂ ਰੁਪਇਆ ਹੜੱਪਿਆ ਜਾ ਰਿਹਾ। ਇਹ ਬਿਲਕੁਲ ਤੁਹਾਡੀ ਗੱਲ ਠੀਕ ਹੈਗੀ ਹੈ। ਦੇਖੋ, ਇਹਨੂੰ ਮੈਂ ਕਲੀਅਰ ਕਰਾਂਗਾ ਰਣਬੀਰ ਜੀ, ਕੁਛ ਯੂਨੀਵਰਸਿਟੀਜ਼ ਹੈ, ਮੈਂ ਇਹ ਨਹੀਂ ਕਹਾਂਗਾ ਕਿ 5 ਉਂਗਲਾਂ ਬਰਾਬਰ ਹੈ, ਨਹੀਂ ਸਾਰੀਆਂ ਨਹੀਂ, ਸਾਰੀਆਂ ਨਹੀਂ ਹੈ। ਉਹ ਯੂਨੀਵਰਸਿਟੀਜ਼ ਦਾ ਮੈਂ ਨਾਮ ਔਨ ਸਕਰੀਨ ਨਹੀਂ ਲੈ ਸਕਦਾ, ਲੇਕਿਨ ਤੁਸੀਂ ਮੇਰੇ ਕੋਲ ਪਰਸਨਲੀ ਆ ਕੇ ਆਓ, ਮੈਂ ਤੁਹਾਨੂੰ ਥੋੜ੍ਹਾ ਜਿਹਾ ਹਿੰਟ ਦੇ ਦੇਣਾ। ਉਹ ਯੂਨੀਵਰਸਿਟੀਜ਼ ਨੇ ਐਕਚੁਅਲੀ 'ਚ ਲੈਵਲ ਬਣਾਏ ਹੋਏ ਆ, ਲੈਵਲ 3, ਲੈਵਲ 4, ਲੈਵਲ 5, ਲੈਵਲ 6। ਲੈਵਲ 3, 4, 5 ਦੀ ਫੀਸ ਬੱਚੇ ਕੋਲ ਇੱਥੋਂ ਚਾਰਜ ਕੀਤੀ ਜਾ ਰਹੀ ਹੈ। ਲੈਵਲ 6 ਹੀ ਉੱਥੇ ਜਾ ਕੇ ਤੁਹਾਨੂੰ ਕਿਹਾ ਜਾਂਦਾ ਕਿ ਤੁਸੀਂ ਲੈਵਲ 5 ਤੱਕ ਪਾਸ ਕਰ ਲਿਆ, ਹੁਣ ਲੈਵਲ 6 ਹੀ ਤੁਹਾਨੂੰ ਪਾਸ ਕਰਨਾ ਪਏਗਾ। ਜਿਹਦੀ ਕਿ ਆਸਟ੍ਰੇਲੀਅਨ ਡਾਲਰ 'ਚ ਗੱਲ ਕਰਾਂ ਤਾਂ 1800 ਆਸਟ੍ਰੇਲੀਅਨ ਡਾਲਰ ਉਹਨਾਂ ਨੇ ਫੀਸ ਉਹਦੀ ਰੱਖ ਦਿੱਤੀ ਹੈ। ਉਹਦੇ ਵਿੱਚ ਠੀਕ ਹੈ ਕਿ ਬੱਚੇ ਨੂੰ 1.25 ਲੱਖ ਰੁਪਇਆ, 1.25 ਲੱਖ ਰੁਪਇਆ ਦੁਬਾਰਾ ਉੱਥੇ ਪੇ ਕਰਨਾ ਪੈ ਰਿਹਾ। ਤੋ ਇਸ ਕਰਕੇ ਕੋਸ਼ਿਸ਼ ਕਰੋ, ਪਹਿਲੇ ਹੀ ਉਸ ਕੰਸਲਟੈਂਟ ਤੋਂ ਅਪਲਾਈ ਕਰੋ ਜਿਹੜੇ ਕੰਸਲਟੈਂਟ ਨੂੰ ਪ੍ਰੋਪਰਲੀ ਡੀਪਲੀ ਨੌਲੇਜ ਹੈ, ਉਹ ਜਿਹਦੇ 1000 ਐਟਲੀਸਟ 1000+ ਵੀਜ਼ਾ ਅਪਰੂਵ ਹੋ ਚੁੱਕੇ ਹੈ, ਜਿਹਨੂੰ ਕਿ ਪਤਾ ਹੈ, ਡੀਪਲੀ ਨੌਲੇਜ ਹੈ, ਡਾਇਰੈਕਟ ਟਾਈ ਅਪ ਹੈ, ਕਿਹੜੀ ਯੂਨੀਵਰਸਿਟੀ ਕਿਸ ਤਰ੍ਹਾਂ ਦੀ ਹੈ, ਕਿਹੜੀ ਯੂਨੀਵਰਸਿਟੀ 'ਚ ਬੱਚੇ ਨੂੰ ਭੇਜਣਾ ਚਾਹੀਦਾ। ਹੁਣ ਮੈਂ ਗੱਲ ਕਰਾਂ, ਮੈਂ ਉਹ ਯੂਨੀਵਰਸਿਟੀ 'ਚ ਰਣਬੀਰ ਜੀ ਵੈਰੀ ਫਰੈਂਕਲੀ ਬੱਚੇ ਭੇਜੇ ਹੈ। ਹੁਣ ਜਦੋਂ ਮੈਨੂੰ ਪਤਾ ਲੱਗਿਆ ਬੱਚਿਆਂ ਦਾ ਫੀਡਬੈਕ ਆਇਆ ਕਿ ਸਰ ਸਾਡੇ ਨਾਲ ਇਹ ਚੀਜ਼ ਹੋ ਰਹੀ ਹੈ, ਮੈਂ ਸਟ੍ਰਿਕਟਲੀ ਸਾਰੇ ਆਪਣੇ ਸਟਾਫ ਨੂੰ ਮਨਾ ਕਰਦਾ ਕਿ ਮੈਂ ਉਹ ਯੂਨੀਵਰਸਿਟੀ ਬਿਲਕੁਲ ਪ੍ਰਮੋਟ ਨਹੀਂ ਕਰਦੀ, ਕਿਉਂਕਿ ਅਸੀਂ ਨਹੀਂ ਚਾਹੁੰਦੇ ਇਹ ਚੀਜ਼ਾਂ ਆਫਰ ਲੈਟਰ ਤੇ ਨਹੀਂ ਮੈਂਸ਼ਨ ਹੁੰਦੀਆਂ ਕਦੇ। ਨਹੀਂ, ਦੇਖੋ, ਇਹੀ ਤਾਂ ਪ੍ਰੋਬਲਮ ਹੈ ਕਿ ਜਦੋਂ ਉਹਨਾਂ ਦਾ ਲੈਵਲ 3, 4, 5 ਦੀ ਆਫਰ ਲੈਟਰ ਆਈ, ਤਿੰਨੋਂ ਫੀਸਿਸ ਬੱਚੇ ਨੇ ਪੇ ਕੀਤੀ ਆਪਣੀ ਲੈਵਲ ਦੀਆਂ, ਉੱਥੇ ਜਾ ਕੇ ਬੱਚੇ ਨੂੰ ਲੈਵਲ 6 ਐਡ ਆਨ ਨਾਲ ਕਰਵਾਤਾ ਕਿ ਤੇਰੀ ਇੰਗਲਿਸ਼ ਅਜੇ ਇੰਨੀ ਇੰਪਰੂਵ ਨਹੀਂ ਹੈ ਕਿ ਤੈਨੂੰ ਅਸੀਂ ਡਿਪਲੋਮੇ 'ਚ ਬਿਠਾ ਸਕੀਏ। ਉਹ ਠੀਕ ਹੈ ਕਿ ਉਹ ਵੀ ਮਨੀ ਮਾਈਂਡਡ ਹੈ, ਲੇਕਿਨ ਸਾਰੇ ਨਹੀਂ ਹੈ। ਸੋ ਸਾਨੂੰ ਠੀਕ ਹੈ, ਥੋੜ੍ਹੇ ਟਾਈਮ ਬਾਅਦ ਪਤਾ ਚੱਲੇ ਕਿ ਆਹ ਯੂਨੀਵਰਸਿਟੀ ਆ ਪ੍ਰੋਬਲਮ ਕ੍ਰੀਏਟ ਕਰ ਰਹੀ ਹੈ ਸਟੂਡੈਂਟ ਨੂੰ, ਸੋ ਅਸੀਂ ਉਹਨੂੰ ਬਿਲਕੁਲ ਪ੍ਰਮੋਟ ਨਹੀਂ ਕਰ ਰਹੇ। ਜਿਹੜੇ ਬੱਚਿਆਂ ਨੂੰ ਐਲੀ ਹੈ ਮੇਰੇ ਕੋਲ ਆਓ, ਅਸੀਂ ਉਸ ਯੂਨੀਵਰਸਿਟੀ ਕਾਲਜ ਤੁਹਾਨੂੰ ਭੇਜਾਂਗੇ ਜਿੱਥੇ ਤੁਹਾਨੂੰ ਇਹ ਪ੍ਰੋਬਲਮ ਜਿਹੜੀ ਤੁਹਾਨੂੰ ਹਰਾਸ ਨਹੀਂ ਕੀਤਾ ਜਾਏਗਾ। ਜੀ ਬਲਜਿੰਦਰ ਜੀ, ਕੁਝ ਹੋਰ ਜਿਹੜੇ ਆਸਟ੍ਰੇਲੀਆ ਵਿਦਿਆਰਥੀ ਜਾਣ ਦੇ ਚਾਹਵਾਨ ਨੇ, ਚਾਹੇ ਉਹ ਸਪੋਸ ਹੈ, ਗੈਪ ਹੈਗਾ, ਐਲੀ ਲੱਗਿਆ, ਟੈਕਨੀਕਲ ਕਿਸ ਤਰ੍ਹਾਂ ਦੀ ਹੋਰ ਵਿਦਿਆਰਥੀ ਨੂੰ ਪ੍ਰੋਬਲਮ ਆ ਸਕਦੀ ਹੈ ਜਿਹਨਾਂ ਤੋਂ ਬਚਣਾ ਚਾਹੀਦਾ? ਦੇਖੋ, ਬੱਚੇ ਨੂੰ ਜਿਹੜਾ ਕਿ ਗੈਪ ਹੈ, ਗੈਪ ਦੇ ਵਿੱਚ ਫੇਕ ਡਾਕੂਮੈਂਟ, ਫੇਕ ਡਿਪਲੋਮੇ, ਫੇਕ ਗ੍ਰੈਜੂਏਸ਼ਨ, ਇਹ ਕਦੀ ਨਾ ਲਗਾਓ। SOP ਠੀਕ ਹੈ, ਤੁਹਾਨੂੰ ਹੈਲਪ ਜ਼ਰੂਰ ਲੈਣੀ ਚਾਹੀਦੀ ਹੈ। ਮੈਂ ਖੁਦ ਕਹਿ ਰਿਹਾ ਔਨ ਸਕਰੀਨ, ਤੁਹਾਨੂੰ ਇੱਕ ਏਜੰਟ ਦਾ ਜਿਹੜਾ ਕਿ ਉਹਦਾ ਐਕਸਪੀਰੀਅੰਸ ਆ, ਉਹਦਾ ਬੈਨੀਫਿਟ ਜ਼ਰੂਰ ਲੈਣਾ ਚਾਹੀਦਾ, ਲੋ। ਲੇਕਿਨ ਲੈਣ ਦੇ ਨਾਲ ਤੁਹਾਨੂੰ ਪ੍ਰੋਪਰ ਪਤਾ ਹੋਣਾ ਚਾਹੀਦਾ ਕਿ ਮੇਰੀ SOP 'ਚ ਕੀ ਮੈਂਸ਼ਨ ਹੈ। ਕੱਲ੍ਹ ਨੂੰ ਇੰਟਰਵਿਊ ਕਾਲ ਆਉਂਦੀ ਹੈ, ਤੁਹਾਨੂੰ ਕਲੀਅਰ ਹੋਣਾ ਚਾਹੀਦਾ। ਹੁਣ ਕਈ ਵਾਰੀ ਸਟੂਡੈਂਟ ਕਹਿੰਦਾ ਕਿ ਨਹੀਂ, ਠੀਕ ਹੈ ਸਰ, ਸਾਰਾ ਕੁਝ ਅਸੀਂ ਤੁਸੀਂ ਕਰੋ, ਅਰਨੀ ਤੁਹਾਨੂੰ ਪ੍ਰੋਸੈਸਿੰਗ ਤੁਸੀਂ ਪ੍ਰੋਸੈਸਿੰਗ ਇਸ ਲਈ ਹੈ, ਸਾਰਾ ਕੁਝ ਤੁਸੀਂ ਕਰਨਾ, ਠੀਕ ਹੈ। ਇੱਕ ਕੰਸਲਟੈਂਟ ਆਪਣਾ ਵਰਕ ਕਰ ਦੇਗਾ, ਲੇਕਿਨ ਸਟੂਡੈਂਟ ਜੇ ਆਪਣੀ ਰਿਸਪੋਂਸੀਬਿਲਟੀ ਪੂਰੀ ਨਹੀਂ ਕਰੇਗਾ, ਕੱਲ੍ਹ ਨੂੰ ਇੰਟਰਵਿਊ ਆਏਗੀ, ਇੰਟਰਵਿਊ 'ਚ ਉਹਨੂੰ ਪਤਾ ਹੀ ਨਹੀਂ ਹੋਏਗਾ ਕਿ ਮੇਰੀ ਸਟੇਟਮੈਂਟ ਔਫ ਪਰਪਸ ਵਿੱਚ ਕੀ ਰੀਜ਼ਨ ਲਿਖ ਕੇ ਕੀ ਸਰਕਮ ਚਾਂਸ ਦਿਖਾਏ ਗਏ ਕਿ ਮੇਰਾ ਵੀਜ਼ਾ, ਮੇਰਾ ਗੈਪ ਕਿਉਂ ਹੈ, ਉਹ ਸਰਕਮ ਚਾਂਸ 'ਚ ਕੀ ਉਹਨਾਂ ਨੇ ਲਿਖਿਆ, ਉਹ ਬੱਚੇ ਨੂੰ ਪਤਾ ਹੀ ਨਹੀਂ ਤਾਂ ਉਹਦਾ ਵੀਜ਼ਾ ਕਿੱਦਾਂ ਅਪਰੂਵ ਹੋਏਗਾ। ਸੋ ਅਵੇਅਰ ਰਹੋ, ਅਵੇਅਰ ਰਹਿ ਕੇ ਆਪਣੀ ਫਾਈਲ ਪ੍ਰੋਸੈਸ ਕਰਾਓ, ਤਾਂ ਕਿ ਤੁਹਾਨੂੰ ਹਰ ਇੱਕ ਚੀਜ਼ ਦਾ ਪਤਾ ਹੋਣਾ ਚਾਹੀਦਾ। ਜੀ, ਹੁਣ ਤੱਕ ਅਸੀਂ ਗੱਲ ਕੀਤੀ ਹੈ ਸਾਈ ਓਵਰਸੀਜ਼ ਤੋਂ ਬਲਜਿੰਦਰ ਜੀ ਇਹਨਾਂ ਦੇ ਨਾਲ, ਕਿ ਹੁਣ ਤੱਕ ਜਿਹੜਾ ਵਿਦਿਆਰਥੀ ਵਰਗ ਹੈ ਗੈਪ ਵਾਲਾ, ਸਪੋਸ ਵਾਲਾ,
ਜਾਂ ਖਾਸ ਤੌਰ 'ਤੇ ਘੱਟ ਬੈਂਡ ਵਾਲਾ ਕਿਵੇਂ ਕਿਵੇਂ ਹਰਾਸ਼ ਹੋ ਰਿਹਾ ਔਰ ਉਸਦਾ ਹੱਲ ਕੀ ਹੈਗਾ। ਇਹਨਾਂ ਨੇ ਬਹੁਤ ਡਿਟੇਲ ਦੇ ਵਿੱਚ ਕਾਫੀ ਜਿਹੜੇ 2009 ਦਾ 10 ਔਰ 11 ਤੱਕ ਦੇ ਵਿਦਿਆਰਥੀ ਨੇ ਉਹਨਾਂ ਦੀ ਕਲਾਸੀਫਿਕੇਸ਼ਨ ਕੀਤੀ ਹੈ, 12, 13, 14 ਦੀ ਇੱਕ ਕਲਾਸੀਫਿਕੇਸ਼ਨ ਕੀਤੀ ਹੈ, ਉਹਨਾਂ ਨੂੰ ਕਿੰਨੇ ਕਿੰਨੇ ਬੈਂਡ ਚਾਹੀਦੇ ਨੇ ਔਰ ਕਿਵੇਂ ਵਿਦੇਸ਼ਾਂ ਦੇ ਵਿੱਚ ਖਾਸ ਤੌਰ 'ਤੇ ਆਸਟ੍ਰੇਲੀਆ ਦੇ ਵਿੱਚ ਅਪਲਾਈ ਕੀਤਾ ਜਾ ਸਕਦਾ। ਜਿੰਨੀ ਵੀ ਅਸੀਂ ਗੱਲਬਾਤ ਕੀਤੀ ਹੈ ਸ਼ੋਅ ਇੱਕ ਵਾਰੀ ਫਿਰ ਅਸੀਂ ਕੱਲ੍ਹ ਰਿਪੀਟ ਕਰਾਂਗੇ 3:30 ਵਜੇ ਤੁਸੀਂ ਦੇਖ ਸਕਦੇ ਹੋ। ਆਸਟ੍ਰੇਲੀਆ ਵਾਲੇ ਖਾਸ ਤੌਰ 'ਤੇ ਵਿਦਿਆਰਥੀ ਸ਼ੋਅ ਨੂੰ ਜ਼ਰੂਰ ਦੇਖਣ ਜਿਨ੍ਹਾਂ ਨੂੰ ਇਹ ਕਨਫਿਊਜ਼ਨ ਹੈ ਕਿ ਸਾਡਾ ਵੀਜ਼ਾ ਨਹੀਂ ਆਉਣਾ ਜਾਂ ਜਿਨ੍ਹਾਂ ਨੂੰ ਇਹ ਕਨਫਿਊਜ਼ਨ ਹੈ ਕਿ ਸਾਡੇ 3-4 ਮਹੀਨੇ ਹੋ ਗਏ ਔਫਰ ਲੈਟਰ ਐਸੀ ਓ ਹੀ ਨਹੀਂ ਆ ਰਹੀ, ਕਨਫਿਊਜ਼ ਨੇ ਕਿ ਅੱਗੇ ਕੀ ਕੀਤਾ ਜਾਵੇ। ਐਡਮਿਸ਼ਨਸ ਕਈ ਵਾਰੀ 4-5 ਕਾਲਜਸ ਦੇ ਵਿੱਚ ਪਾ ਚੁੱਕੇ ਨੇ ਔਰ ਉੱਥੋਂ ਨੈਗੇਟਿਵ ਰਿਜ਼ਲਟ ਆ ਗਿਆ, ਨੋ ਹੋ ਗਈ ਹੈ, ਨਾ ਹੋ ਗਈ ਹੈ ਕਿ ਤੁਹਾਨੂੰ ਐਡਮਿਸ਼ਨਸ ਨਹੀਂ ਮਿਲਣੀਆਂ। ਸੋ ਇਸ ਤਰ੍ਹਾਂ ਦੇ ਜਿਹੜੇ ਵਿਦਿਆਰਥੀ ਨੇ ਉਹਨਾਂ ਨੂੰ ਸਾਡੇ ਜਿਹੜੇ ਐਕਸਪਰਟਸ ਨੇ ਉਹਨਾਂ ਤੋਂ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ। 3:30 ਵਜੇ ਹੀ ਪ੍ਰੋਗਰਾਮ ਲੈ ਕੇ ਹਾਜ਼ਰ ਹੋਵਾਂਗੇ। ਅਗਲਾ ਟੋਪਿਕ ਸਾਡਾ ਹੈਗਾ ਬੜਾ ਇੰਪੋਰਟੈਂਟ ਹੈ, ਤੁਸੀਂ ਕਾਫੀ ਪ੍ਰਮੋਟ ਕੀਤਾ ਸੀਗਾ ਸਿੰਗਾਪੁਰ ਕਿ ਨਿਊਜ਼ੀਲੈਂਡ ਦੇ ਸਿਰਫ ਸ਼ੁਰੂ ਹੋਣ ਦੇ ਨਾਲ ਵਿਦਾਊਟ ਆਇਲਸ ਵਿਦਿਆਰਥੀ ਜਾਣਾ ਘੱਟ ਗਿਆ, ਉੱਧਰ ਨੂੰ ਅਪਲਾਈ ਕਰਨਾ ਸ਼ੁਰੂ ਹੋ ਗਿਆ ਸੀ। ਮੈਂ ਤਾਂ ਨਹੀਂ ਕਹੂੰਗਾ ਕਿ ਸਿੰਗਾਪੁਰ ਜਾਣ ਵਾਲਾ ਵਿਦਿਆਰਥੀ ਨਿਊਜ਼ੀਲੈਂਡ ਚਲੇ ਗਿਆ, ਉਹ ਬਿਲਕੁਲ ਨਹੀਂ ਗਿਆ। ਬਹੁਤ ਘੱਟ ਚਾਂਸਸ ਹੋਏ ਨੇ ਕਿ ਜਿਹੜੇ ਵਿਦਿਆਰਥੀਆਂ ਦੇ ਵਿਦਾਊਟ ਆਇਲਸ ਔਰ ਵਿਦਾਊਟ ਇੰਗਲਿਸ਼ ਵੀਜ਼ਾ ਲੱਗਿਆ, ਵਿਦਾਊਟ ਆਇਲਸ ਲੱਗੇ ਨੇ, ਵਿਦਾਊਟ ਇੰਗਲਿਸ਼ ਕਿਸੇ ਦਾ ਵੀਜ਼ਾ ਨਹੀਂ ਲੱਗਿਆ। ਬਹੁਤ ਘੱਟ 1-2 ਸਾਲ ਤੋਂ ਹੁਣ ਜਿਹੜੀ ਹੈਗੀ ਹੈ ਰੁਝਾਨ ਦੇਖਣ ਨੂੰ ਮਿਲ ਰਿਹਾ ਸਿੰਗਾਪੁਰ ਦੇ ਵਿੱਚ, ਕੀ ਕਾਰਨ ਸਮਝਦੇ ਹੋ ਤੁਸੀਂ? ਦੇਖੋ ਮੈਂ ਕਲੀਅਰ ਕਰਾਂਗਾ, ਨਿਊਜ਼ੀਲੈਂਡ ਦਾ ਵੀਜ਼ਾ ਜ਼ਰੂਰ ਓਪਨ ਹੈ, ਲੇਕਿਨ ਨਿਊਜ਼ੀਲੈਂਡ ਅਗਰ ਬੱਚੇ ਨੇ ਅਪਲਾਈ ਕਰਨਾ ਪ੍ਰਾਈਵੇਟ ਕਾਲਜ ਅਪਲਾਈ ਨਾ ਕਰੇ, IPP ਅੰਡਰ ਆਪਣਾ ਫਾਈਲ ਲਗਾਏਗਾ, ਕਿਉਂਕਿ ਉਹਨਾਂ ਨੂੰ ਵੀ ਇੱਕ ਰੱਖਿਆ ਹੋਇਆ ਕਿ 90% ਸਕਸੈਸ ਰੇਟ ਤੁਸੀਂ IPA ਦਾ ਕਾਲਜ ਦਾ ਰੱਖਣਾ, ਅਦਰਵਾਈਜ਼ ਤੁਹਾਡਾ ਕਾਲਜ ਬਲੈਕਲਿਸਟ ਹੋ ਜਾਏਗਾ। ਸੋ ਉਹਨਾਂ ਦੀ ਰਿਕੁਆਇਰਮੈਂਟ ਹੈ ਕਿ 60% ਮਾਰਕਸ ਸਾਨੂੰ ਓਵਰਆਲ ਚਾਹੀਦੇ ਔਰ ਇੰਗਲਿਸ਼ ਚਾਹੀਦੇ ਹੈ। ਹੁਣ ਗੱਲ ਕਰਾਂ ਜਿਹੜੇ ਬੱਚਿਆਂ ਦਾ ਬਜਟ ਘੱਟ ਹੈ, ਗੈਪ ਬਹੁਤ ਜ਼ਿਆਦਾ ਹੈ, ਜਾਂ ਉਹ ਇੰਗਲਿਸ਼ ਪ੍ਰੋਪਰਲੀ ਇੰਨੀ ਜ਼ਿਆਦਾ ਫਲੂਐਂਸੀ ਨਹੀਂ ਹੈ, ਉਹ ਬੱਚਿਆਂ ਨੂੰ ਅਪਲਾਈ ਕਰਨਾ ਚਾਹੀਦਾ, ਲੇਕਿਨ ਉੱਥੇ ਜਾ ਕੇ ਵੀ ਤੁਹਾਨੂੰ ਇੰਗਲਿਸ਼ 'ਚ ਹੀ ਪੜ੍ਹਾਇਆ ਜਾਏਗਾ। ਤੁਹਾਡੀ ਜਿਹੜੀ ਕਿ ਮੈਂ ਗੱਲ ਕਰਾਂ, ਇੰਗਲਿਸ਼ ਕਮਿਊਨੀਕੇਸ਼ਨ ਸਕਿੱਲ ਤੁਹਾਡੇ ਹਾਈ ਹੋਣੇ ਚਾਹੀਦੇ ਹੈ। ਮੈਂ ਹਮੇਸ਼ਾ ਹਰ ਪ੍ਰੋਗਰਾਮ 'ਤੇ ਕਹਿੰਦਾ ਰਣਵੀਰ ਜੀ, ਜਿਹੜਾ ਵੀ ਬੱਚਾ ਸਿੰਗਾਪੁਰ ਅਪਲਾਈ ਕਰ ਰਿਹਾ, ਕਿਸੇ ਵੀ ਕੰਟਰੀ ਅਪਲਾਈ ਕਰ ਰਿਹਾ, ਸਾਡੇ ਕੋਲ ਆ ਕੇ ਇੰਗਲਿਸ਼ ਸਪੀਕਿੰਗ ਕੋਰਸ 1 ਮਹੀਨੇ ਦਾ ਜ਼ਰੂਰ ਕਰੇ, ਤਾਂ ਕਿ ਉੱਥੇ ਜਾ ਕੇ ਉਹਨੂੰ ਪ੍ਰੋਬਲਮ ਨਾ ਆਵੇ। ਕਮਿਊਨੀਕੇਸ਼ਨ 'ਚ ਪ੍ਰੋਬਲਮ ਆਏਗੀ ਤਾਂ ਹੀ ਦੇਖੋ ਕਾਫੀ ਵਾਰੀ ਸੁਣਨ ਨੂੰ ਆਉਂਦਾ ਬੱਚੇ ਨੂੰ OJT ਨਹੀਂ ਮਿਲੀ, OJT ਸਿੰਗਾਪੁਰ ਤਾਂ ਹੀ ਨਹੀਂ ਮਿਲੇਗੀ। ਜਿਹੜਾ ਬੱਚਾ ਉੱਥੇ ਜਾ ਕੇ ਅਗਰ ਤੁਸੀਂ ਚਾਹੁੰਦੇ ਹੋ ਕਿ ਮੈਨੂੰ ਜੋਬ ਮਿਲੇ, ਜੋਬ ਤਾਂ ਹੀ ਮਿਲੇਗਾ ਅਗਰ ਤੁਸੀਂ ਕੋਈ ਕਸਟਮਰ ਨੂੰ ਅਟੈਂਡ ਕਰਨ ਦੇ ਕਾਬਿਲ ਹੋ। ਬਿਲਕੁਲ। ਸੋ ਇਹ ਪ੍ਰੋਬਲਮ ਤੁਹਾਨੂੰ ਤਾਂ ਹੀ ਫੇਸ ਹੁੰਦੀ ਹੈ ਜਿਹੜਾ ਬੱਚਾ ਸਿੰਗਾਪੁਰ ਜਾਣਾ ਚਾਹੁੰਦਾ, ਉਹ ਬੱਚਾ ਜਾਵੇ ਮੇਰੇ ਕੋਲ ਆ ਕੇ, ਜਿਹਦੇ ਐਟਲੀਸਟ ਇੰਨੀ ਕੁ ਇੰਗਲਿਸ਼ ਜ਼ਰੂਰ ਬੋਲ ਸਕਦਾ ਕਿ ਆਪਣੀ ਗੱਲ ਸਮਝਾ ਸਕਦਾ ਅਤੇ ਅਗਲੇ ਦੀ ਗੱਲ ਸਮਝ ਸਕਦਾ। ਇੰਗਲਿਸ਼ ਤੋਂ ਇਲਾਵਾ ਤੁਹਾਨੂੰ ਕੀ ਲੱਗਦਾ ਕਿ ਜਿਹੜੇ ਪਿੱਛੇ ਜੇ ਹੁਣ ਰੁਝਾਨ ਘਟਿਆ, ਮੈਂ ਉਹ ਸਵਾਲ ਪੁੱਛਿਆ ਸੀ ਕਿ ਕੀ ਕਾਰਨ ਹੈ ਕਿ ਇੱਕ ਹੜ ਜਿਹੜਾ ਹੈਗਾ ਨਿਊਜ਼ੀਲੈਂਡ ਵੱਲ ਤੁਰ ਪਿਆ ਸੀ ਜਾਂ ਕੋਈ ਨੈਗੇਟਿਵ ਫੀਡਬੈਕ ਆ ਗਈ ਸੀ ਸਿੰਗਾਪੁਰ ਤੋਂ, ਕੀ ਕਾਰਨ ਹੋ ਗਿਆ? ਦੇਖੋ ਨਿਊਜ਼ੀਲੈਂਡ ਸਿੰਗਾਪੁਰ ਦੀ ਮੈਂ ਗੱਲ ਕਰਾਂ, ਐਸਾ ਨਹੀਂ ਹੈ ਕਿ ਨੈਗੇਟਿਵ ਕੁਛ ਹੈ, ਲੇਕਿਨ ਨੈਗੇਟਿਵ ਹਰ ਕੰਟਰੀ ਦੇ ਵਿੱਚ ਹੈ। ਮੇਰੇ ਕੋਲ ਨਿਊਜ਼ੀਲੈਂਡ ਤੋਂ ਵੀ ਬੱਚਾ ਵਾਪਸ ਆਇਆ, ਕੈਨੇਡਾ ਤੋਂ ਵੀ ਵਾਪਸ ਆਇਆ। ਜਿਹੜੇ ਬੱਚੇ ਬਹੁਤ ਈਜ਼ੀ ਅਰਨਿੰਗ ਹੈ, ਜਿਹਨਾਂ ਦੇ ਪੇਰੈਂਟਸ ਨੂੰ, ਉਹ ਤਾਂ ਮੈਂ ਕਦੀ ਨਹੀਂ ਕਹਾਂਗਾ ਕਿ ਤੁਸੀਂ ਆਪਣੇ ਬੱਚੇ ਨੂੰ ਬਾਹਰ ਭੇਜੋ, ਕਿਉਂਕਿ ਉਹ ਬੱਚੇ ਨੂੰ ਹਮੇਸ਼ਾ ਹੀ ਹੁੰਦਾ ਕਿ ਉੱਥੇ ਤਾਂ ਮੇਰੇ ਘਰ ਸਰਵੈਂਟ ਸੀ, ਮੇਰੇ ਕੋਲ ਕਾਰ ਸੀ, ਇੱਥੇ ਖੁਦ ਮੈਂ ਸਰਵੈਂਟ ਬਣ ਕੇ ਰਹਿ ਗਿਆ। ਸੋ ਠੀਕ ਹੈ, ਜਿਹੜਾ ਬੱਚਾ ਸਿੰਗਾਪੁਰ ਜਾ ਰਿਹਾ ਉਹ ਇਹ ਜ਼ਰੂਰ ਸਮਝ ਕੇ ਜਾਵੇ ਕਿ ਪਹਿਲੇ 6 ਮਹੀਨੇ ਮੈਨੂੰ ਇਨੀਸ਼ਲੀ ਵਰਕ ਰਾਈਟਸ ਨਹੀਂ ਹੈ। ਬਹੁਤ ਜ਼ਿਆਦਾ ਕੰਸਰਨਡ ਇੱਦਾਂ ਕਹਿ ਦਿੰਦੇ ਆ ਕਿ ਤੁਹਾਨੂੰ 20 ਆਵਰਸ ਲੀਗਲੀ ਵਰਕ ਰਾਈਟਸ ਹੈ, ਉੱਥੇ ਜਾ ਕੇ ਤੁਸੀਂ ਕੰਮ ਕਰ ਸਕਦੇ ਹੋ, ਉਸ ਤੋਂ ਬਾਅਦ ਤੁਹਾਨੂੰ OJT ਮਿਲੇਗੀ, OJT ਤੁਸੀਂ ਆਪਣੇ ਲੱਖਾਂ ਡਾਲਰ ਉੱਥੇ ਲੱਖਾਂ ਰੁਪਏ ਇੰਡੀਆ ਵਿੱਚ ਕਮਾ ਸਕਦੇ ਹੋ, ਐਸਾ ਨਹੀਂ ਹੈ। ਮੈਂ ਕਲੀਅਰ ਕਰ ਦੇਵਾਂ, ਪਹਿਲੇ 6 ਮਹੀਨੇ ਤੁਹਾਨੂੰ ਲੀਗਲੀ ਵਰਕ ਰਾਈਟਸ ਨਹੀਂ ਹੈ, ਲੇਕਿਨ ਉਹਨਾਂ ਦੀ ਥਿੰਕਿੰਗ ਬਹੁਤ ਅੱਛੀ ਹੈ। ਜੇ ਬਾਕੀ ਕੰਟਰੀ ਤੁਹਾਨੂੰ 20 ਘੰਟੇ ਵੀਕਲੀ ਦੇ ਰਿਹਾ, ਇਹ ਤੁਹਾਨੂੰ 6 ਮਹੀਨੇ ਦੇ ਸਟੱਡੀ ਤੋਂ ਬਾਅਦ ਫੁੱਲ ਟਾਈਮ ਵਰਕ ਰਾਈਟਸ ਦੇ ਰਿਹਾ, ਪੂਰਾ ਹੋ ਜਾਂਦਾ ਨੈਚੁਰਲੀ, ਉੱਥੇ ਪੂਰਾ ਹੋ ਜਾਂਦਾ ਕਿ ਤੁਸੀਂ 6 ਮਹੀਨੇ ਅੱਛੀ ਤਰ੍ਹਾਂ ਪੜ੍ਹੋ, ਆਪਣਾ ਕੋਰਸ ਤੁਸੀਂ
ਕਿਹੜੇ ਗ੍ਰੇਡ ਵਿੱਚ ਕੰਪਲੀਟ ਕੀਤਾ ਇਹ ਵੀ ਬਹੁਤ ਜ਼ਰੂਰੀ ਹੈ। ਤੁਸੀਂ ਆਪਣਾ ਏ ਗ੍ਰੇਡ ਵਿੱਚ ਕੀਤਾ, ਬੀ ਗ੍ਰੇਡ ਵਿੱਚ ਕੀਤਾ ਕਿ ਸੀ ਗ੍ਰੇਡ ਵਿੱਚ ਕੀਤਾ। ਅਗਰ ਤੁਹਾਡੇ ਗ੍ਰੇਡ ਅੱਛੇ ਹੈ ਤਾਂ ਤੁਹਾਨੂੰ ਸੈਲਰੀ ਵੀ ਅੱਛੀ ਮਿਲੇਗੀ, ਓਵਰ ਟਾਈਮ ਤੁਸੀਂ ਆਪਣਾ ਅੱਛਾ ਕਮਾ ਸਕਦੇ ਹੋ। ਮੇਰੇ ਕੋਲ ਰਣਵੀਰ ਜੀ ਐਸਾ ਕਾਲਜ ਹੈ ਔਰ ਰਿਐਲਿਟੀ 'ਚ ਮੈਂ ਗੱਲ ਕਹਿ ਰਿਹਾ, ਔਰ ਖੁਦ ਮੈਨੂੰ ਬੱਚੇ ਨੇ ਆ ਕੇ ਮੈਨੂੰ ਇਨਫੋਰਮੇਸ਼ਨ ਦਿੱਤੀ ਸੀ ਉੱਥੋਂ ਸਿੰਗਾਪੁਰ ਤੋਂ ਆ ਕੇ ਕਿ ਸਰ ਤੁਸੀਂ ਇਸ ਕਾਲਜ ਨਾਲ ਟਾਈ ਅਪ ਕਰੋ, ਇਸ ਕਾਲਜ ਦਾ ਕੈਂਪਸ ਅੱਗੇ ਆਸਟ੍ਰੇਲੀਆ ਦੇ ਵਿੱਚ ਹੈਗਾ। ਔਰ ਅਸੀਂ ਖੁਦ ਦੇਖਿਆ ਕਿ ਆਸਟ੍ਰੇਲੀਆ ਇੱਥੋਂ ਸਿੰਗਾਪੁਰ ਤੋਂ ਬੱਚੇ ਅੱਗੇ ਆਸਟ੍ਰੇਲੀਆ ਮਾਈਗ੍ਰੇਟ ਹੋਇਆ ਸਾਡੇ ਹੁੰਦੇ ਹੋਇਆ, ਸਰ ਉਹ ਕਾਲਜ ਨਾਲ ਮੈਂ ਜਾ ਕੇ ਟਾਈ ਅਪ ਕੀਤੇ ਆ ਔਰ ਸਾਡੇ ਬੱਚੇ ਜਿਹੜੇ ਕਿ ਉਹਨਾਂ ਨੇ ਮੈਨੂੰ ਪ੍ਰੋਮਿਸ ਕੀਤਾ ਇਸ ਚੀਜ਼ ਦਾ ਕਿ ਜੇ ਉਹਨਾਂ ਦਾ ਇੰਗਲਿਸ਼ ਲੈਵਲ ਠੀਕ ਹੋਏਗਾ, ਕਮਿਊਨੀਕੇਸ਼ਨ ਸਕਿੱਲ ਅੱਛੇ ਹੋਣਗੇ ਤਾਂ 100% ਅਸੀਂ ਉਹਨਾਂ ਦਾ ਵੀਜ਼ਾ ਅੱਗੋਂ ਮਾਈਗ੍ਰੇਸ਼ਨ ਕਰਵਾ ਕੇ ਦਾਂਗੇ ਡਿਪਲੋਮਾ ਲੀਡਿੰਗ ਟੂ ਡਿਗਰੀ 'ਚ। ਜੀ ਬਲਜਿੰਦਰ ਜੀ, ਇਸ ਤਰ੍ਹਾਂ ਦੇ ਕੈਂਪਸ ਤੋਂ ਇਲਾਵਾ ਹੋਰ ਜਿਹੜੇ ਵਿਦਿਆਰਥੀ ਇਸ ਯੋਗ ਨਹੀਂ ਕਿ ਆਸਟ੍ਰੇਲੀਆ ਪਹੁੰਚ ਜਾਣ ਜਾਂ ਇੰਨਾ ਪੈਸਾ ਨਹੀਂ ਹੈ ਕਿ ਆਸਟ੍ਰੇਲੀਆ ਪਹੁੰਚਣ, ਸਿਰਫ ਸਿੰਗਾਪੁਰ ਤੱਕ ਪੜ੍ਹਨ ਜਾਣਾ ਚਾਹੁੰਦੇ ਆ, ਪੜ੍ਹ ਕੇ ਵਾਪਸ ਆਉਣਾ ਚਾਹੁੰਦੇ ਜਾਂ ਉੱਥੇ ਸੈੱਟ ਹੋਣਾ ਚਾਹੁੰਦੇ, ਉਹਨਾਂ ਲਈ ਕਿਸ ਤਰ੍ਹਾਂ ਦੇ ਕਾਲਜਸ ਚੂਜ਼ ਕਰਨੇ ਚਾਹੀਦੇ ਉਹਨਾਂ ਨੂੰ? ਐਜੂਟੈਸਟਡ 2 ਸਾਲ ਦਾ ਲੈਣਾ ਚਾਹੀਦਾ ਜਾਂ 5 ਸਾਲ ਦਾ? ਦੇਖੋ, ਅਗਰ ਮੈਂ ਰਣਬੀਰ ਜੀ ਐਜੂਟਰਸਟ ਦੀ ਗੱਲ ਕਰਾਂ, ਬੱਚੇ ਨੂੰ ਐਟਲੀਸਟ 4 ਸਾਲ ਦਾ ਐਜੂਟਰਸਟ ਕਾਲਜ ਚੂਜ਼ ਕਰਨਾ ਚਾਹੀਦਾ ਤਾਂ ਕਿ ਉਹ ਕਾਲਜ ਬਲੈਕਲਿਸਟ ਨਾ ਹੋਵੇ। ਹੁਣ ਦੇਖੋ, ਇੱਕ ਬ੍ਰਿਸਟਲ ਕਾਲਜ ਬਲੈਕਲਿਸਟ ਹੋਇਆ ਪਿੱਛੇ, ਸਿੰਗਾਪੁਰ 'ਚ ਐਜੂਟਰਸਟ ਕਾਲਜ ਸੀ, ਕਾਫੀ ਬੱਚੇ ਹਰਾਸ ਹੋਏ, ਕਾਫੀ ਬੱਚਿਆਂ ਨੂੰ ਕੋਰਸ ਆਪਣਾ ਜਿਹੜਾ ਕਿ ਉਹਨਾਂ ਨੇ ਕੰਪਲੀਟ ਕੀਤਾ ਸੀ ਉਹਦਾ ਡਿਪਲੋਮਾ ਹੀ ਨਹੀਂ ਉਹਨਾਂ ਨੂੰ ਬੱਚਿਆਂ ਨੂੰ ਮਿਲਿਆ, ਜਿਹੜੇ ਕਿ ਇਹ ਸਪਨਾ ਲੈ ਕੇ ਗਏ ਸੀ ਕਿ ਮੈਂ ਅੱਗੋਂ ਜਾ ਕੇ ਆਪਣਾ ਜਾਂ ਵਾਪਸ ਆ ਕੇ ਜਾਂ ਮੈਂ ਉੱਥੋਂ ਫਰਦਰ ਕਿਸੇ ਹੋਰ ਕੰਟਰੀ 'ਚ ਅਪਲਾਈ ਕਰਾਂਗਾ ਤੇ ਮੈਂ ਆਪਣਾ ਗੈਪ ਕਵਰ ਕਰਨ ਵਾਸਤੇ ਗਿਆ ਸੀ। ਸੋ ਐਜੂਟਰਸਟ ਦਾ ਵੀ ਦੇਖੋ ਕਿ ਉਹ ਕਿੰਨੇ ਸਾਲ ਵਾਸਤੇ ਐਜੂਟਰਸਟ ਕਾਲਜ ਹੈ, ਤਾਂ ਹੀ ਤੁਹਾਨੂੰ ਉੱਥੇ ਜਾਣ ਦਾ ਬੈਨੀਫਿਟ ਹੈ। ਇਹ ਨਹੀਂ ਕਿ ਕੋਈ 1 ਸਾਲ ਦਾ ਐਜੂਟਰਸਟ ਹੈ, ਉਹ ਐਜੂਟਰਸਟ ਉਹਦਾ ਖਤਮ ਹੋਣ ਜਾ ਰਿਹਾ। ਬਿਲਕੁਲ, ਤੁਹਾਡੇ ਕੋਰਸ ਡਿਊਰੇਸ਼ਨ ਦੇ ਵਿੱਚ ਉਹਦਾ ਐਜੂਟਰਸਟ ਖਤਮ ਹੋ ਗਿਆ, ਦੁਬਾਰਾ ਰੀਨਿਊ ਨਹੀਂ ਹੋਇਆ। ਐਕਚੁਅਲੀ ਕੀ ਹੈ ਕਿ 1 ਸਾਲ ਦਾ ਵੀ ਰਣਬੀਰ ਜੀ ਐਜੂਟਰਸਟ ਕਾਲਜ ਹੈ, ਲੇਕਿਨ ਉਹ ਕੀ ਹੈ ਕਿ ਅੱਗੋਂ ਰੀਨਿਊ ਹੋ ਜਾਂਦੇ ਆ, ਲੇਕਿਨ ਕਿਸੇ ਰੀਜ਼ਨ ਤੋਂ ਅਗਰ ਉਹ ਕਾਲਜ ਬਲੈਕਲਿਸਟ ਹੋ ਜਾਂਦਾ ਤਾਂ ਵਿਦਿਆਰਥੀ ਫਸ ਜਾਂਦਾ ਨੈਚੁਰਲੀ। ਥੈਂਕ ਯੂ ਬਲਜਿੰਦਰ ਜੀ, ਮਿਹਰਬਾਨੀ ਸਟੂਡੀਓ ਦੇ ਵਿੱਚ ਤੁਸੀਂ ਆਏ ਆਸਟ੍ਰੇਲੀਆ ਸੰਬੰਧੀ ਔਰ ਖਾਸ ਤੌਰ 'ਤੇ ਸਿੰਗਾਪੁਰ ਸੰਬੰਧੀ ਗੱਲਬਾਤ ਕੀਤੀ। ਸ਼ੋਅ ਦੁਆਰਾ ਕੱਲ੍ਹ ਨੂੰ ਰਿਪੀਟ ਕਰਾਂਗੇ 3:30 ਵਜੇ, ਉਦੋਂ ਤੱਕ ਲਈ ਆਪਣੇ ਦੋਸਤ ਰਣਬੀਰ ਸਿੰਘ ਨੂੰ ਆ ਕੇ ਦੇ, ਸ਼ੁਕਰੀਆ।